So, ਐ ਲੈ ਕੋਲੇ ਕਰੀਏ ਸ਼ੁਰੂ। ਹਾਂ ਸੋ ਇੱਧਰ ਕਿੱਧਰ ਚੱਲੇ ਆ? ਸੋ ਸਾਜ ਕੇ ਸਰੋਣੀ ਕਿੱਚਾ ਸਵਾਗਤ ਤੁਹਾਡੇ ਗੱਲਬਾਤ ਦੇ ਰੋਮਾਂਚਿਕ ਗੁਰਲਾਲੀ ਬਾਬਾ ਸੀਰੀਜ਼ ਦੇ ਤੀਜੀ ਲਵ ਸਟੋਰੀ ਸੀਰੀਜ਼ ਦੇ ਵਿੱਚ। ਪਹਿਲੀਆਂ ਦੋ ਤਾਂ ਟੱਪ ਗਈਆਂ, ਪਹਿਲੀ 'ਚ ਵੀ ਬਥੇਰਾ ਕੁਛ ਫੜਿਆ ਗਿਆ, ਦੂਜੀ 'ਚ ਤਾਂ ਮੈਂ ਕਹਿੰਦਾ ਵਾਹ ਜੀ ਵਾਹ, ਤੀਜੀ 'ਚ ਦਇਆ ਪੂਰਾ ਦਰਵਾਜ਼ਾ ਹੀ ਤੋੜ ਦੇਗਾ, ਦਰਵਾਜ਼ਾ ਕੀ ਕੋਠੀ ਢਾ ਦੇਗਾ ਦਇਆ। ਆਓ ਸ਼ੁਰੂ ਕਰੀਏ ਲਵ ਸਟੋਰੀ। ਹੁਣ ਹੈ ਬੇਬੀ ਪਲੈਨਿੰਗ, ਵਿੱਚੋਂ ਵਿੱਚੋਂ ਜੇ ਗੱਲਾਂ ਉੱਡੀਆਂ ਆਈਆਂ ਸੀ ਉਹ ਮੈਂ ਕਲੀਅਰ ਕਰਨੀ ਆ ਵੀ ਮੈਨੂੰ ਵਾਕਈ ਉੱਡੀਆਂ ਆਈਆਂ ਸੀ, ਜੋ ਸਹੀ ਸੀ ਜੇ ਗਲਤ ਸੀ। ਲਵ ਸਟੋਰੀ ਪਾਰਟ 3 ਐਂਡ ਬੇਬੀ ਪਲੈਨਿੰਗ ਵਲੌਗ 65 ਮਿਸਟਰ ਮਿਸਿਸ ਬਾਵਾ। ਚਲੋ ਸ਼ੁਰੂ ਕਰੀਏ ਵਿਆਹ ਵਾਲੀ। ਕਰਦੇ 5 ਦਿਨਾਂ 'ਚ ਵਿਆਹ ਕਿਵੇਂ ਹੋ ਸਕਦਾ ਯਾਰ ਕਿਸੇ ਦਾ? ਹੁਣ ਆ ਪਿੱਛੇ ਜੇ ਪ੍ਰੀਤ ਪ੍ਰੀਤ ਕੁੜੀ ਜਿਹੜੀ ਤਿਤਲੀ ਵਾਲੀ, ਇੱਥੇ ਉਹਦਾ ਵਿਆਹ ਹੋਇਆ, ਛੇਤੀ ਛੇਤੀ ਹੋ ਗਿਆ ਨਾ ਮਿੰਟ 'ਚ, ਮਜਬੂਰੀ ਸੀ ਨਾ ਕੋਈ, ਮਤਲਬ ਕੋਈ ਨਾ ਕੋਈ ਸੀਗਾ ਹੈ ਨਾ ਸਿਸਟਮ, ਸਮਝੋ 5 ਇੰਨੇ ਕਾਲੇ ਵੀ ਨਹੀਂ ਹੋਣੀ ਚਾਹੀਦੀ, ਬੜਾ 10 ਗਾਂ ਦੇ ਜੱਟ ਦੇ ਖੜੇ ਡੀਕਦੇ ਸੀ ਇਹਨੂੰ। ਆਓ ਸ਼ੁਰੂ ਕਰੀਏ। ਤੇ ਅਸੀਂ ਤੁਹਾਡੇ ਮਿਸਟਰ ਐਂਡ ਮਿਸਿਸ ਬਾਵਾ, ਤੇ ਅੱਜ ਸਾਡੇ ਤੁਹਾਡੇ ਕੋਈ ਨਹੀਂ, ਲੋਕਾਂ ਦੇ ਕਿਸੇ ਦੇ ਵੀ ਨਹੀਂ ਗਏ। ਲਵ ਸਟੋਰੀ ਪਾਰਟ 3 ਤੇ ਲਵ ਸਟੋਰੀ ਪਾਰਟ 3 ਚੱਲ ਈ ਆਏ ਕੌਣ ਕਰਦਾ ਹੁੰਦਾ ਸੀਗਾ ਈ ਸੌਰੀ 3 ਜੋ ਸਾਰੇ ਡਿਮਾਂਡ ਕਰ ਰਹੇ ਸੀਗੇ ਕਿ ਲਵ ਸਟੋਰੀ ਪਾਰਟ 3 ਲੈ ਕੇ ਆਓ, 3 ਲੈ ਕੇ ਆਓ, 3 ਲੈ ਕੇ ਆਓ। ਸੋ ਆਪਾਂ ਲਿਆ ਚੁੱਕੇ ਆ। ਤੇ ਅੱਛਾ ਕਿੱਥੇ ਲੈਣ ਗਿਆ ਸੀ ਯਾਰ? ਵੀਡੀਓਜ਼ ਨੂੰ ਤੁਸੀਂ ਪਿਆਰ ਬਹੁਤ ਘੱਟ ਦੇ ਰਹੇ ਆ, ਫਟਾਫਟ ਵੀਡੀਓ ਨੂੰ ਪਿਆਰ ਦਿਓ, ਜਾ ਕੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਾਕੀ ਵੀਡੀਓ ਵੀ ਦੇਖਿਓ। ਤੇ ਆਪਾਂ ਸਟਾਰਟ ਕਰਦੇ ਆ ਹੁਣ ਲਵ ਸਟੋਰੀ ਪਾਰਟ 3 ਤੇ ਲਵ ਸਟੋਰੀ ਪਾਰਟ। ਬੜਾ ਵੈਸੇ ਕਮਾਲ ਦੀ ਗੱਲ ਹੈ, ਲੋਕ ਇਹਨੂੰ ਪਿਆਰ ਦਿੰਦੇ ਸੀ ਉਦੋਂ, ਹੁਣ ਪਿੱਟ ਗਿਆ, ਹੁਣ ਕੋਈ ਹੈ ਹੀ ਨਹੀਂ ਡਰਾਮੇ ਕਰਨ ਨੂੰ, ਹੁਣ ਹੋਰ ਹੀ ਡਰਾਮੇ ਕਰਦਾ ਰਹਿੰਦਾ। ਸੋ ਇਹ ਆਪਣੀ ਸੀਰੀਜ਼ ਦਾ ਲਾਸਟ ਪਾਰਟ 4 ਤਾਂ ਹੈ ਨਹੀਂ ਗਾ, ਇੱਕ ਮਿੰਟ ਚੈੱਕ ਕਰਾਂ ਹੋਰ ਕਦੇ ਆਪਾਂ ਨਹੀਂ ਰਹਿਣ ਦੇ ਯਾਰ, ਮੈਂ ਨਹੀਂ ਕਰਨਾ। ਬਸ ਹੁਣ ਲਵ ਸਟੋਰੀ ਪਾਰਟ 3 ਆ ਗਏ ਆ ਬਾਵੇ ਦੇ। ਸੋ ਅਗਲਾ ਆਪਾਂ ਗਾਂ ਹੋਰ ਕੋਈ ਲੈ ਕੇ ਆਵਾਂਗੇ। ਸੋ ਆਓ ਬੇਬੀ ਪਲੈਨਿੰਗ ਕਰੀਏ। ਵਾਹ ਜੀ ਵਾਹ, ਜ਼ਿੰਦਗੀ ਦੇ ਪਲੈਨਿੰਗ ਕਿਤੇ ਬੇਬੀ ਪਲੈਨਿੰਗ ਸੀਗਾ ਕਿ ਵਿਆਹ ਤੋਂ ਬਾਅਦ ਕੀ ਹੋਇਆ ਸੀਗਾ, ਹਨਾ? ਤੇ ਵਿਆਹ ਤੋਂ ਬਾਅਦ, ਅੱਛਾ ਵਿਆਹ ਤੋਂ ਬਾਅਦ ਕੀ ਪਲੈਨਿੰਗ ਸੀ, ਕੀ ਸੀ, ਕਿੱਦਾਂ ਸੈਟਲਮੈਂਟ ਸਾਰੀ ਫੈਮਿਲੀ ਨਾਲ ਹੋ ਗਈ ਸੀ, ਨਹੀਂ ਹੋਈ ਸੀ, ਕਿੱਦਾਂ ਸੀ, ਕਿੱਦਾਂ ਨਹੀਂ ਸੀ, ਸਭ ਕੁਝ ਦੱਸਾਂਗੇ। ਤੇ ਹੁਣ ਤੁਹਾਨੂੰ ਦੱਸ ਕਿੱਦਾਂ ਸੀ, ਕਿੱਦਾਂ ਸੀ, ਕਿੱਦਾਂ ਸੀ ਦੱਸ। ਘਰੇ ਆਈ ਤੇ ਘਰੇ ਆਈ ਚਲੋ ਜੀ ਸਭ ਕੁਝ ਸਹੀ ਰਿਹਾ, ਫਿਰ ਠੀਕ ਰਹੇ ਸਭ ਕੁਝ, ਮੁੰਦਰਾ ਵੇਖ ਪਾਇਆ ਜਿਵੇਂ ਅੰਬਾਨੀ ਦੀ ਕੁੜੀ ਨੇ ਪਾਇਆ ਹੁੰਦਾ, ਐਡਾ ਪਾਈ ਖੜਾ, ਕੁੜੀਆਂ ਨੇ ਪਾਈਆਂ ਹੁੰਦੀਆਂ ਐਡੀ ਐਡੀ ਮੁੰਦਰੀਆਂ, ਉਹ ਐਂ ਰਿੰਗ ਜਾਂ ਨੱਗ ਜਾਂ ਖੜਾ ਹੁੰਦਾ ਉੱਤੇ ਜਿਹੜਾ, ਵਾਵਾ ਪਾਈ ਖੜਾ, ਦੱਸ ਬੁੜੀਆਂ ਵਾਲੀ ਮੁੰਦਰੀ। ਨਾਲੇ ਆਇਆ ਗੇੜੀਆਂ ਮਾਰੀਆਂ ਫਿਰ ਚਲਾ ਜਾਣਾ 25 ਨਵੰਬਰ ਨੂੰ। ਅੱਛਾ 25 ਨਵੰਬਰ ਦਸੰਬਰ ਦੀ ਇਹਨਾਂ ਦੀ ਸੀਗੀ, ਇਹਨੂੰ ਆਈ ਨਹੀਂ ਪਤਾ ਵੀ ਨਵੰਬਰ ਤੋਂ ਬਾਅਦ ਦਸੰਬਰ ਹੀ ਆਉਂਦਾ, 17 ਨਵੰਬਰ ਦਸੰਬਰ ਨੂੰ ਫਲਾਈਟ ਸੀਗੀ। ਕੀ ਤੁਸੀਂ 12 ਮਹੀਨੇ ਨੇ ਯਾਦ ਤੇ ਗਿਣਤੀ ਕੀ ਯਾਦ ਹੋ ਗਈ ਤੁਹਾਨੂੰ? ਤੇ 2 ਦਸੰਬਰ ਨੂੰ ਮੇਰਾ ਬਰਥਡੇ ਵੀ, ਤਾਂ ਫਿਰ ਉਦੋਂ ਕੀ ਕਰਨਾ? ਉਹ ਵੀ ਮੈਂ ਸੈਲੀਬ੍ਰੇਟ ਕੀਤਾ, ਅੱਛਾ ਛੋਟਾ ਜਿਹਾ ਸੈਲੀਬ੍ਰੇਸ਼ਨ ਕੀਤਾ, ਓਕੇ ਉਹ ਵੀ ਮੈਂ ਵਲੌਗ ਪਾਉਂਗਾ। ਨਹੀਂ ਜਿਹੜਾ ਫਿਰ ਤੁਸੀਂ ਸੈਲੀਬ੍ਰੇਸ਼ਨ ਕੀਤਾ ਸੀ ਉਹੀ ਬੇਕਰੀ ਤੋਂ ਪੈਟੀਆਂ ਹੀ ਆਈਆਂ ਸੀ ਕਿ ਕਿਤੋਂ ਹੋਰ ਆਈਆਂ ਸੀ? ਸ਼ਿਵਾਨੀ ਆਈ ਸੀ ਬਰਥਡੇ ਤੇ? ਸ਼ਿਵਾਨੀ ਫਿਰ ਕਹਿੰਦੀ ਨੇ ਹੁਣ ਤਾਂ ਮੈਨੂੰ ਇੱਕ ਚੀਜ਼ ਨਹੀਂ ਮੈਨੂੰ ਸਮਝ ਆਈ। ਚਲੋ ਪਹਿਲੇ 2 ਪਾਰਟ ਆਪਾਂ ਵੇਖੇ ਆ ਰੋਮਾਂਚਿਕ ਪ੍ਰੋਗਰਾਮ ਤੁਸੀਂ, ਹੈ ਨਾ? ਉਹ ਦੋਨਾਂ ਪਾਰਟਾਂ ਦੇ ਵਿੱਚ ਗੁਰਲਾਲ ਬਾਬੇ ਦੀ ਮੰਮੀ ਦਾ ਕੋਈ ਲੈਣ ਦੇਣ ਨਹੀਂ, ਕੀ ਗੱਲ ਹੈ ਹੀ ਨਹੀਂ ਸੀ ਵਿੱਚ ਕਿ ਸਾਰਾ ਲੈਣ ਦੇਣ ਹੀ ਉਹਨਾਂ, ਅਸੀਂ ਨਾਂ ਨਹੀਂ ਲਾਇਆ ਬਸ ਇਕੱਲਾ। ਕਮਾਲ ਦੀ ਗੱਲ ਹੈ, ਕਿਤੇ ਗੱਲ ਹੀ ਨਹੀਂ ਕੀਤੀ ਉਹਨੇ ਆਪਦੀ, ਜਦੋਂ ਇਹਨੇ ਕੁੜੀ ਲੱਭੀ ਉਦੋਂ ਇੱਕ ਵਾਰੀ ਮੰਮੀ ਨੂੰ ਵਿਖਾਈ ਬਸ, ਉਸ ਤੋਂ ਬਾਅਦ ਕੋਈ ਘਰੇ ਗੱਲ ਤੁਰੀ, ਪਾਪਾ ਗਏ ਵੇਖਣ, ਹੈ ਨਾ, ਇਹਦੇ ਭਰਾ ਨੂੰ ਮਿਲੇ ਜਾਂ ਕੋਈ ਵੀ, ਮੰਮੀ ਆਈ ਨਹੀਂ ਕਿਤੇ। ਕਮਾਲ ਦੀ ਗੱਲ, ਮੰਮੀ ਗਈ ਸੀ ਗੋਆ ਛੁੱਟੀਆਂ ਕੱਟਣ,
ਚਲੋ 17 ਦਸੰਬਰ ਦੀ ਸੀਗੀ ਇਹਨਾਂ ਦੀ ਫਲਾਈਟ ਤੇ ਕੀ ਨਾਮ ਲੈਂਦੇ ਆ ਪਲੈਨਿੰਗ ਵਿਆਹ ਤੋਂ ਬਾਅਦ ਇਹ ਸੀਗੀ ਫਿਊਚਰ ਪਲੈਨਿੰਗ ਕਿ ਮੈਂ ਕਰੂੰਗੀ ਅੱਗੇ ਸਟੱਡੀ ਪੜਾਕੂ ਬੱਚੇ ਹੈਗੇ ਆ ਥੋੜੇ ਜਿਹੇ ਹਨਾ ਕਦੇ ਵੀ ਨਾ ਆਪਦੇ ਫਿਊਚਰ ਪਲੈਨ ਨੀ ਦੱਸਣੇ ਚਾਹੀਦੇ ਕਦੇ ਵੀ ਨੀ ਇਹ ਤਾਂ ਐਵੇਂ ਭਕਾਈ ਮਾਰਦਾ ਇਹ ਤਾਂ ਘਰਦੇ ਵੀ ਕਹਿੰਦੇ ਆ ਪਾਗਲ ਇਹ ਮੇਰੇ ਮੇਰੇ ਕੋਲ ਆਪ ਮੰਨੇ ਆ ਫੋਨ ਤੇ ਕਦੇ ਵੀ ਨਾ ਆਪਦੇ ਫਿਊਚਰ ਪਲੈਨ ਨਹੀਂ ਦੱਸਣੇ ਚਾਹੀਦੇ ਕਿਸੇ ਨੂੰ ਵੀ ਤੁਸੀਂ ਗਾਂਹ ਫਿਊਚਰ 'ਚ ਕੀ ਕਰਨਾ ਜਾਂ ਤੁਹਾਡਾ ਨੈਕਸਟ ਸਟੈਪ ਕੀ ਆ ਉਦੋਂ ਉਲਟ ਚੱਲੋ ਜੇ ਜ਼ਿੰਦਗੀ ਜਿੰਨੇ ਤੁਸੀਂ ਮਚਿਓਰ ਹੋ ਉਹਨੂੰ ਤੁਸੀਂ ਟੋਪੂ ਬਣ ਕੇ ਚੱਲੋ ਹੈ ਨਾ ਮਤਲਬ ਸਿੰਪਲ ਸੋਬਰ ਬਣ ਕੇ ਰਹੋ ਲੋਕਾਂ ਨੂੰ ਪਤਾ ਨਾ ਹੋਵੇ ਵੀ ਤੁਹਾਡੇ ਪਿਛੋਕੜ ਪਿੱਛੇ ਕੀ ਚੀਜ਼ ਹੈ ਇੱਧਰ ਕਿਹੜੀ ਕਾਰ ਖੜੀ ਹੈ ਇੱਧਰ ਕਿਹੜੀ ਖੜੀ ਹੈ ਹੈ ਨਾ ਕੁਛ ਨਾ ਪਤਾ ਹੋਵੇ ਕਿਸੇ ਨੂੰ ਵੀ ਪਰਸਨਲ ਰੱਖੋ ਲਾਈਫ ਨੂੰ ਕੁਛ ਤੋਂ ਪ੍ਰਾਈਵੇਟ ਰੱਖਿਆ ਕਰੋ ਵਧੀਆ ਕਾਫੀ ਅੱਗੇ ਚਲ ਗਏ ਸੈਟਲ ਹੋ ਗਏ ਲੁਧਿਆਣੇ ਚੋਂ ਬਾਹਰ ਚਲ ਗਏ 10-15 ਕਿਲੋਮੀਟਰ ਅੱਗੇ ਜਾ ਕੇ ਸੈਟਲ ਹੋ ਗਏ ਪਲਾਟਾ ਚ ਸੋ ਯਾਰ ਜਿੱਥੇ ਰਹਿੰਦੇ ਹੋ ਖੁਸ਼ ਰਹੋ ਬਸ ਆ ਕੁੱਤੇ ਭਕਈਆਂ ਕਿਉਂ ਮਾਰੀਆਂ ਪਹਿਲਾਂ 25 ਨੂੰ ਨਵੰਬਰ ਨੂੰ ਵਿਆਹ ਹੋਇਆ ਸੀਗਾ ਕਹਿੰਦੇ ਆ ਵਿਆਹ ਤੋਂ ਬਾਅਦ ਜਾਂਦੇ ਹੁੰਦੇ ਇਹਨਾਂ ਦੇ ਮੱਥਾ ਟੇਕਣ ਸਾਡੇ ਨਾ ਬੋਟੀ ਨੂੰ ਲੈ ਕੇ ਹਾਂ ਤੇ ਉੱਥੇ ਮੱਥਾ ਟੇਕਣ ਜਾਂਦੇ ਸੀਗੇ ਹੱਲੀ ਨਾ ਮੈਂ ਵੀ ਨਹੀਂ ਸੋਚਿਆ ਸੀ ਇਹਨੇ ਵੀ ਨਹੀਂ ਸੋਚਿਆ ਨਾ ਤੇ ਨਾ ਪਾਪਾ ਤੇ ਮੰਮਾ ਨਾ ਲੱਗ ਖੜੇ ਨਾ ਹੱਸੀ ਜਾਣ ਸਾਨੂੰ ਪਤਾ ਨਹੀਂ ਸੀਗਾ ਮਤਲਬ ਨਾ ਇਹਨਾਂ ਦੀ ਜੋੜੀ ਮਤਲਬ ਇਹਨਾਂ ਦਾ ਇੱਕ ਵੱਡਾ ਬ੍ਰਦਰ ਆ ਤੇ ਇਹਨਾਂ ਨੂੰ ਬਹੁਤ ਮਨ ਤਾਂ ਮੰਗ ਕੇ ਲਿੱਤਾ ਮੰਮਾ ਹੁਣਾਂ ਨੇ ਤੇ ਮੰਮਾ ਨੇ ਮਤਲਬ ਇਹਨਾਂ ਦੀ ਜੋੜੀ ਦੇਖ ਲਓ ਕੀ ਚੰਨ ਚੜ੍ਹ ਜਾਂਦਾ ਮੰਨਤਾ ਮੰਨ ਕੇ ਲਿਆ ਮੰਮਾ ਨੇ ਇਹਨੂੰ ਛੁੰਨੇ ਨੂੰ ਪਰੌਂਠਾ ਜਿਹਾ ਤੇ ਵੇਖ ਲਓ ਕੀ ਭਰਾਵਾ ਮੰਮੀ ਆਖਦੀ ਹੋ ਗਈ ਇੱਦਾਂ ਚੰਗਾ ਤਾਂ ਰੱਬ ਦੀਆਂ ਮੰਨਤ ਨਾ ਹੀ ਮੰਗਦੀ ਕੁਛ ਹੋਰ ਮੰਗ ਲੈਂਦੀ ਸਪਲੈਂਡਰ ਪਲੇਟ ਨਾ ਹੀ ਮੰਗ ਲੈਂਦੀ ਤੇ ਫਿਰ ਮੰਮਾ ਕਹਿੰਦੇ ਕਿ ਜਿੱਥੋਂ ਅਸੀਂ ਮਤਲਬ ਇਹਨੂੰ ਸੁਖਣਾ ਸੁੱਕ ਕੇ ਲਿੱਤਾ ਉੱਥੇ ਮੱਥਾ ਟਿਕਾਣ ਲੈ ਕੇ ਜਾਣਾ ਵਾ ਤੇ ਮੰਮਾ ਸਾਨੂੰ ਮੱਥਾ ਟਿਕਾਣ ਲੈ ਗਏ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਉੱਥੇ ਇੱਕ ਨਾ ਝੋਲੀ 'ਚ ਫਲ ਵੀ ਪਾਉਂਦੇ ਕਿ ਸਾਡੇ ਨਾ ਪ੍ਰੀਤ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਹੋ ਗਈ ਸੀ ਇਹ ਸੱਚ ਨਹੀਂ ਗਾ ਫਿਰ ਝੂਠਾ ਹੈ ਲੋਕ ਪਾਗਲ ਜਿਹੜੇ ਗੱਲਾਂ ਡਾਈ ਜਾਂਦੇ ਸੀ ਮੈਂ ਸੋਚਿਆ ਸੀ ਪੈਰੈਂਟ ਹੋ ਗਈ ਤਾਂ ਹੀ ਕਾਲੀ ਕਾਲੀ ਜਲਦੀ ਦੀ ਵਿਆਹ ਕਰਤਾ ਸੀਗਾ ਚਲੋ ਹੋ ਜਾਂਦੀਆਂ ਬੱਚਿਆਂ ਕੋਲ ਗਲਤੀਆਂ ਕਿੱਡੀ ਗੱਲ ਹੈ ਤੂੰ ਅੱਛਾ ਫਿਰ ਇਹਨੇ ਖਾ ਲਿਆ ਚਲੋ ਉਹ ਮੰਨਤ ਮੰਨਗੀ ਵਧੀਆ ਗੱਲ ਸੀਗੀ ਇਹਨਾਂ ਨੂੰ ਪ੍ਰਸ਼ਾਦ ਮਿਲਿਆ ਫਲ ਮਿਲਿਆ ਸੋ ਫਿਰ ਵਿਆਹ ਤੋਂ 9 ਮਹੀਨੇ ਬਾਅਦ ਕਿੱਟੂ ਆ ਗਈ ਨਵੰਬਰ 'ਚ ਵਿਆਹ ਹੋਇਆ ਹੈ ਨਾ ਤਰੀਕਾਂ ਯਾਦ ਰੱਖਣੀਆਂ ਇੱਕ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ 2 ਸਾਲਾਂ 'ਚ ਮੈਂ ਜਿੰਨਾ ਕਿ ਇਹਨਾਂ ਨੂੰ ਪੜ੍ਹਿਆ ਇਹਨਾਂ ਦਾ ਮੈਥ ਜਮਾਂ ਹੀ ਨਾ ਖੱਡਾ ਪੱਟ ਕੇ ਧਰਤੀ ਦੇ ਅੰਦਰ ਹੈ ਇਹਨਾਂ ਦਾ ਮੈਥ ਕਮਜ਼ੋਰ ਆ ਬਹੁਤ ਜ਼ਿਆਦਾ 10 ਤੇ 10 20 ਵੀ ਨਹੀਂ ਕਹਿ ਸਕਦੇ 19 ਜਾਂ 21 ਕਹਿ ਸਕਦੇ ਇਹੋ ਜਿਹੇ ਬੰਦੇ ਇਹ ਮੈਥ 'ਚ ਬਹੁਤ ਜ਼ਿਆਦਾ ਵੀਕ ਆ ਦੂਜੀ ਗੱਲ ਜਦੋਂ ਵੀ ਇਹ ਕੋਈ ਗੱਪ ਮਾਰਦੇ ਆ ਇਹਨਾਂ ਦਾ ਅੜ ਜਾਂਦਾ ਅੱਜ ਤੇਰੇ ਰਾਜ ਖੁੱਲ੍ਹ ਕੇ ਕਾਕਾ ਜਿੱਥੇ ਉੱਥੇ ਫਸ ਗਿਆ
ਚਲੋ ਅਸੀਂ ਹੱਸਦੇ ਤੇ ਗੱਲਾਂ ਕਰਦੇ ਜਾਂ ਟੋਪੇ ਲੋਕਾਂ ਦੀ ਸੰਸਣ ਮਾਰਦਾ ਹੁਣ ਤਾਂ ਜਮਾਂ ਹੀ ਖਤਮ ਹੋ ਗਿਆ ਆਈ ਥਿੰਕ 11 ਜਾਂ 12 ਅਤੇ 10-11-12 'ਚ ਕੀ ਫਰਕ ਹੈ ਨਾਲ ਤਾਂ ਹੈਗੇ ਆ ਜਾਂ ਤਾਂ ਹੋਵੇ ਨਾ 3 ਦਸੰਬਰ ਅਤੇ 3 ਜਨਵਰੀ ਮਹੀਨੇ ਦਾ ਫਰਕ ਹੋਵੇ ਨਹੀਂ ਨਹੀਂ ਆਈ ਥਿੰਕ ਬੜਾ ਕਰੀ ਜਾਂਦਾ ਗਾਂ ਨੂੰ ਘੰਟਿਆਂ ਦਾ ਫਰਕ ਸੀਗਾ ਅਸੀਂ ਜਦੋਂ ਘਰੇ ਨਾ ਫਲ ਪਾਉਣ ਤੋਂ ਬਾਅਦ ਹਫ਼ਤੇ ਬਾਅਦ ਨਾ ਇਹਨੂੰ ਨਾ ਇੱਕ ਵੋਮਿਟਿੰਗ ਵਗੈਰਾ ਆਈ ਮੈਂ ਨਾ ਉਦਣ ਸ਼ਾਇਦ ਆਪਣੀ ਲੜਾਈ ਵੀ ਹੋ ਚੁੱਕੀ ਸੀ ਨਾ ਲੜਾਈ ਹੋਈ ਸੀ ਆਪਣੀ ਇਹ ਨਾ ਉੱਧਰ ਆਈ ਮੈਂ ਇਹਨੂੰ ਬੁਲਾ ਨਹੀਂ ਰਿਹਾ ਸੀ ਬਾਰ ਬਾਰ ਮੈਂ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਅੱਛਾ 25 ਨਵੰਬਰ ਨੂੰ ਵਿਆਹ ਹੋਇਆ 10 ਦਸੰਬਰ ਨੂੰ ਇਹਨੇ ਲੜਾਈ ਵੀ ਹੋ ਜਾਂਦੀ ਹੈ ਕੀ ਇਹ ਪਰੌਂਠੇ ਨਿਭਾ ਲੈਣਗੇ ਜ਼ਿੰਦਗੀ ਵਿਆਹ ਦਾ ਚਾਅ ਕਮ ਸੇ ਕਮ 1-2 ਮਹੀਨੇ ਤਾਂ ਬੰਦੇ ਨੂੰ ਰਹਿੰਦਾ ਕਿ ਚਾਹ ਪਹਿਲਾਂ ਲਾ ਲਿਆ ਸੀ ਪੈਟੀਆਂ ਬੇਕਰੀਆਂ 'ਤੇ ਘੁੰਮ ਘੁੰਮ ਕੇ ਬਾਅਦ 'ਚੋਂ ਤਾਂ ਕਿਹੜਾ ਚਾਹ ਅੱਜ ਤਾਂ ਵਿਆਹ ਲੜਨ ਨੂੰ ਕਰਾਇਆ ਜੀ ਚਲੋ 10 ਦਸੰਬਰ ਨੂੰ ਲੜਾਈ ਹੋਈ ਸੀ ਦੱਸ ਬਾਹਰ ਮੰਮਾ ਬੈਠੇ ਸੀਗੇ ਤੇ ਨਾ ਕਹਿੰਦੀ ਮੰਮੀ ਮੈਨੂੰ ਉਲਟੀਆਂ ਆਈ ਜਾਂਦੀਆਂ ਵਾ ਨਹੀਂ ਮੈਂ ਕਿਹਾ ਮੈਨੂੰ ਉਲਟੀਆਂ ਆਉਣ ਦਾ ਮਨ ਹੋ ਰਿਹਾ ਮੈਂ ਗੁੱਸੇ 'ਚ ਕਹਿ ਦਿੱਤਾ ਮੇਰੇ ਮਨ 'ਚ ਕੋਈ ਗੱਲ ਹੀ ਨਹੀਂ ਜਾ ਰਹੀ ਬਾਰ ਬਾਰ ਤੇ ਮੈਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਨਹੀਂ ਮੰਨੇ ਮੈਂ ਕਿਹਾ ਚੱਲ ਠੀਕ ਹੈ ਨਾ ਮੰਨੋ ਫਿਰ ਹੈ ਨਾ ਤੇ ਨਾ ਮੈਂ ਮੰਮੀ ਨੂੰ ਕੱਟ ਕੇ ਲਾਈ ਜਾਂਦੇ ਹੋ ਮੰਮੀ ਬੈਠੇ ਸੀ ਤੇ ਮੇਰੀ ਹੈ ਨਾ ਜਠਾਣੀ ਵੀ ਬੈਠੀ ਸੀ ਨਾਰਮਲ ਸਟੋਰੀ ਹੈ ਸਿੱਧਾ ਸੁਣਾਓ ਇਹਨਾਂ ਦੀ ਆਪਸ 'ਚ ਨਹੀਂ ਬਣਦੀ ਹੋਣੀ ਆਹ ਚੀਜ਼ ਬੋਲਣੀ ਹੈ ਕਿ ਨਹੀਂ ਬੋਲਣੀ ਐਵੇਂ ਬਣਾ ਕੇ ਸਟੋਰੀਆਂ ਸੁਣਾ ਕੇ ਲੋਕਾਂ ਨੇ ਇਹਨਾਂ 2 ਸਾਲ ਪਹਿਲਾਂ ਡੈਸ਼ ਬਣਾਤਾ ਲੋਕਾਂ ਦਾ ਇਹਨਾਂ ਨੇ ਮੇਰੇ ਵੱਡੇ ਦੀਦੀ ਤੇ ਨਾ ਬੈਠੇ ਸੀਗੇ ਤੇ ਨਾ ਮੈਂ ਉਦਾਂ ਹੀ ਮੇਰੇ ਮੂੰਹ 'ਚੋਂ ਨਿਕਲ ਗਿਆ ਗੁੱਸੇ 'ਚ ਮੈਂ ਕਹਿਣਾ ਤੈਨੂੰ ਸੀਗਾ ਵੀ ਮੈਨੂੰ ਏਦਾਂ ਮੈਂ ਕਦੀ ਮੰਮੀ ਨੂੰ ਨਹੀਂ ਦੱਸਦੀ ਕਿ ਮੈਂ ਬਿਮਾਰ ਆ ਜਾਂ ਕੁਛ ਵੀ ਆ ਤੇ ਮੈਂ ਮੰਮੀ ਨੂੰ ਕਹਿਤਾ ਮੈਂ ਕਿਹਾ ਮੰਮੀ ਮੈਨੂੰ ਨਾ ਅੱਜ ਨਾ ਉਲਟੀਆਂ ਆਉਣ ਦਾ ਮਨ ਹੋ ਰਿਹਾ ਤੇ ਮੰਮੀ ਤੇ ਉਹ ਦੋਨੋਂ ਹੱਸੀ ਜਾ ਰਹੇ ਹਨਾ ਕਰ ਲੱਗੇ ਮੈਨੂੰ ਉਹ ਵੀ ਨਹੀਂ ਮੈਂ ਦੇਖਿਆ ਇਹਨਾਂ ਨੇ ਦੇਖ ਲਿਆ ਇਹ ਮੇਰੇ ਕੋਲ ਰੂਮ 'ਚ ਆ ਗਏ ਕਹਿੰਦੇ ਕੀ ਬੋਲੀ ਜਾਨੀ ਤੂੰ ਮੈਂ ਕੀ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਨਾ ਮੈਂ ਨੈਕਸਟ ਡੇ ਮਤਲਬ ਇਹ ਮੈਂ ਗੱਲ 10 ਨੂੰ ਕਹੀ ਸੀਗੀ ਤੇ 10 ਨੂੰ ਮੈਂ ਕਹੀ ਤੇ ਫਿਰ 11-12 ਹਨਾ 10 ਨੂੰ ਮਤਲਬ ਸਾਨੂੰ ਦੋਨਾਂ ਨੂੰ ਵੀ ਥੋੜਾ ਜਿਹਾ ਲੱਗਣ ਲੱਗ ਗਿਆ ਕਿ ਜਿੱਦਾਂ ਮਤਲਬ ਮੈਂ ਪ੍ਰੈਗਨੈਂਟ ਆ ਤੇ ਫਿਰ ਗਿਆ ਅਸੀਂ ਕਿਹਾ ਚੱਲ ਕੋਈ ਬੇਬੀ ਟਾਈਮ ਨਹੀਂ 25 ਤਰੀਕ ਨੂੰ ਵਿਆਹ ਹੋਇਆ 25 ਨਵੰਬਰ ਨੂੰ ਮੇਰੀ ਪਲੀਜ਼ ਇਹ ਵੀਡੀਓ ਡਾਕਟਰਾਂ ਤੱਕ ਪਹੁੰਚਾਇਓ ਥੋੜ੍ਹੇ ਜਿਹੇ ਕੋਈ ਡਾਕਟਰ ਹੈ ਮੇਰੀ ਵੀਡੀਓ 'ਚ ਸਪੈਸ਼ਲੀ ਬੇਬੀ ਵਾਲੇ ਡਾਕਟਰਸ ਜੋ ਬੱਚੇ ਨੂੰ ਬੱਚਾ ਡਿਲੀਵਰ ਕਰਦੇ ਜੋ ਵੀ ਮਤਲਬ ਕੋਈ ਵੀ ਡਾਕਟਰ ਜਿਹਨਾਂ ਨੂੰ ਨੌਲੇਜ ਹੈਗੀ ਹੈ ਜੋ ਪੜ੍ਹੀ ਜਾਂਦੇ ਆ ਬੀ ਫਾਰਮੇਸੀ ਏ ਜੋ ਵੀ ਪੜ੍ਹੀ ਜਾਂਦੇ ਤੁਸੀਂ ਮੈਡੀਕਲ ਪੜ੍ਹੀ ਜਾਂਦੇ ਹੋ ਇਹ ਪ੍ਰੋਗਰਾਮ ਥੋੜ੍ਹਾ ਜਿਹਾ ਸਿਆਣਿਆਂ ਦਾ ਹੋਊਗਾ ਸੋ ਤੁਹਾਡੇ ਨੇ ਬਹੁਤ ਜ਼ਰੂਰੀ ਹੈ ਅੱਛਾ 25 ਨਵੰਬਰ ਨੂੰ ਵਿਆਹ ਹੋਇਆ 10 ਦਸੰਬਰ ਨੂੰ ਉਲਟੀ ਵੀ ਕਰਤੀ 15 ਦਿਨਾਂ 'ਚ ਵੈਰੀ ਗੁੱਡ ਨਾਈਸ ਅੱਛਾ ਕੁਛ ਨਹੀਂ ਹੁੰਦਾ ਏਦਾਂ ਨਹੀਂ ਹੁੰਦਾ 25 ਨਵੰਬਰ ਨੂੰ ਮੈਰਿਜ ਹੋਈ ਸੀ ਤੇ 10 ਨੂੰ ਸਾਨੂੰ ਏਦਾਂ ਹੋਇਆ ਤੇ ਫਿਰ ਕੀ ਨਾਮ ਲੈਂਦੇ ਆ ਫਿਰ 11 ਡੇਟ ਨੂੰ ਨਾ ਮੈਂ ਮੰਮਾ ਨੂੰ ਆਪਣੇ ਮੰਮਾ ਨੂੰ ਕੀਤਾ ਮੰਮਾ ਕਹਿੰਦੇ ਚੈੱਕ ਕਰ ਹੋਣੀ ਮੈਂ ਕਹਿੰਦਾ ਨਹੀਂ ਮਾਰਨਿੰਗ ਕਰੂੰਗੀ ਤੇ ਮੰਮਾ ਕਹਿੰਦੇ ਨਹੀਂ ਨਹੀਂ ਹੋਣੀ ਚੈੱਕ ਕਰ ਫਿਰ ਮੈਂ ਚੈੱਕ ਕੀਤਾ ਤੇ ਜਦੋਂ ਚੈੱਕ ਕੀਤਾ ਚੈੱਕ ਕਰਕੇ ਪੋਜ਼ਿਟਿਵ ਆ ਗਿਆ ਤੇਰੇ ਤੋਂ ਪਾਸ ਹੋ ਗਈ ਜੱਟ ਹੋਣੀ ਖੁਸ਼ ਮੈਂ ਵੀ ਖੁਸ਼ ਸਭ ਤੋਂ ਵੱਧ ਉਸ ਟਾਈਮ ਫਿਰ ਇਹ ਖੁਸ਼ ਹੋਏ ਠੀਕ ਹੈ ਫਿਰ ਅਸੀਂ ਸੋਚਿਆ ਕਿ ਨਹੀਂ ਵੀ ਹਲੇ ਨਹੀਂ ਬੇਬੀ ਚਾਹੀਦਾ ਵੀ ਸਾਡਾ ਤੇ ਫਿਰ ਕਾਹਲੀ ਕੀ ਪਈ ਸੀਗੀ ਤੁਹਾਨੂੰ ਨਹੀਂ ਨਹੀਂ ਬੇਬੀ ਚਾਹੀਦਾ ਨਹੀਂ ਜ਼ਿੰਦਗੀ 'ਚ ਨਾ ਕਪਲਾਂ ਨੂੰ ਮਚਿਓਰ ਹੋਣਾ ਬਹੁਤ ਇੰਪੋਰਟੈਂਟ ਆ
ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਸੀਂ ਜਵਾਕਾਂ ਵਾਂਗੂ ਆਸ਼ਕੀਆਂ 'ਚ ਲੜਾਈਆਂ ਅਲੱਗ ਗੱਲ ਹੁੰਦੀ ਹੈ, ਪਰ ਕਪਲਾਂ 'ਚ ਲੜਾਈਆਂ ਅਲੱਗ ਗੱਲ ਹੁੰਦੀ ਹੈ। ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ, ਇਹ ਨਹੀਂ ਕਿ ਇਹ ਮੇਰੀ ਸਹੇਲੀ ਸੀ ਆਹੋ ਉਹਦੇ ਵੀ ਲੜਾਈ ਹੁੰਦੀ ਸੀ ਵਿਆਹ ਤੋਂ ਬਾਅਦ ਵੀ, ਨਹੀਂ ਉਹ ਤੋਂ ਫਰਕ ਪੈਣ ਲੱਗ ਜਾਂਦੇ ਆ। ਸਾਨੂੰ ਵੀ ਨਹੀਂ ਚਾਹੀਦਾ ਅਤੇ ਇਹ ਕਿ ਦਹੀਂ ਜਮਾਉਣ ਵਾਲਾ ਕੰਮ ਸੀ, ਦੱਸ ਲੈ ਤੁਹਾਨੂੰ ਕਾਹਲੀ ਕੀ ਪਈ ਸੀ ਫਿਰ ਲੈ ਪੂਰੀ ਫਲਾਣਾ ਧਮਕਾਣਾ ਉਹਨੂੰ ਕਹਿੰਦੀ ਏਦਾਂ ਓਦਾਂ ਬੋਲਦੀ ਮਾੜਾ ਜਿਹਾ ਤੇ ਤੇਰੇ ਕੱਟ ਲਾਨੇ ਐਡੀਟਿੰਗ ਸ਼ੁਰੂ ਤੇ ਨਹੀਂ ਕਰਨੀ ਆਈ ਆਈਟਮ ਨੂੰ ਛੀ ਕਹੀ ਜਾਂਦੀ ਏਦਾਂ ਓਦਾਂ ਹਾਂ ਹੁਣ ਬੋਲੂਗਾ ਏਦਾਂ ਓਦਾਂ ਕੀ ਬਸ ਲੈਣ ਸਿਖਾਈ ਹੁਣ ਬੋਲੀ ਤੇ ਅਸੀਂ ਸੋਚਿਆ ਚਲੋ ਮੈਂ ਵੀ ਕਹਾਂਗਾ ਚਲੋ ਹੇ ਆਪਾਂ ਨਾ ਰਹਿਣ ਦਿੰਨੇ ਆ ਤੇ ਆ ਸਾਰੀਆਂ ਨਕਲੀ ਲੈਣਾ ਨੇ ਆਪਾਂ ਨੂੰ ਪਤਾ ਲੱਗਣਾ ਤੇ ਪਾਪਾ ਨਹੀਂ ਫੇਰ ਨਾ ਮਤਲਬ ਅਸੀਂ ਸੋਚਿਆ ਕਿ ਅਸੀਂ ਰਹਿਣ ਦਿੰਨੇ ਆ ਉਹਨੇ ਲੈਣਾ ਸਿਖਾਈਆਂ ਇੱਦਾਂ ਉੱਦਾਂ ਇਹ ਉਹ ਲੈਣਾ ਬੋਲਿਆ ਨਹੀਂ ਪ੍ਰੀਤ ਨੂੰ ਪਤਾ ਲੱਗ ਗਿਆ ਚੌਂਪੂ ਇਹਨੂੰ ਲੈਣਾ ਯਾਦ ਨਹੀਂ ਰਹਿੰਦੀ ਜਿਹੜੀ ਮੈਂ ਸਿਖਾਈਆਂ ਫਿਰ ਪ੍ਰੀਤ ਆਪ ਬੋਲਣਾ ਸ਼ੁਰੂ ਕਰਦੀ ਹੁਣ ਚੱਲ ਬੋਲ ਹਾਂ ਬਟ ਫਿਰ ਜਦੋਂ ਕਹਿੰਦੇ ਆ ਨਾ ਦਾਦਾ ਦਾਦੀ ਨੂੰ ਦਾਦਾ ਮੰਮੀ ਪਾਪਾ ਨੂੰ ਦਾਦਾ ਦਾਦੀ ਬਣਨ ਦਾ ਸਭ ਤੋਂ ਵੱਧ ਚਾਅ ਕੀ ਹੋਇਆ ਮੈਂ ਨਾ ਹਾਲੀ ਮਤਲਬ ਕਿ ਪਾਪਾ ਨੂੰ ਮੇਰੇ ਨੂੰ ਪਤਾ ਲੱਗ ਗਿਆ ਤੇ ਮੈਂ ਕਿਹਾ ਡੈਡੀ ਤੁਸੀਂ ਦਾਦਾ ਬਣਨ ਵਾਲੇ ਹੋ ਤੇ ਡੈਡੀ ਖੁਸ਼ ਹੋਣ ਲੱਗੇ ਕਿਉਂਕਿ ਡੈਡੀ ਪਹਿਲਾਂ ਵੀ ਚਾਹੁੰਦੇ ਸੀ ਕੋਈ ਕੁੜੀ ਵਾਲੀ ਸਾਡੇ ਕੋਈ ਭੈਣ ਨਹੀਂ ਸੀ ਇੱਦਾਂ ਤੁਹਾਨੂੰ ਪਤਾ ਸਾਨੂੰ ਇਹ ਤਾਂ ਪਤਾ ਨਹੀਂ ਸੀਗਾ ਕਿ ਡੈਡੀ ਚਾਹੁੰਦੇ ਸੀ ਕੁੜੀ ਅਡੋਪ ਕਰ ਲਈਏ ਨਹੀਂ ਤੁਸੀਂ ਬੋਕ ਜਿੱਡੇ ਹੋਏ ਖੜੇ ਹੋ ਡੈਡੀ ਹੁਣ ਕੁੜੀ ਅਡੋਪ ਕਰਨਾ ਚਾਹੁੰਦੇ ਸੀ ਜਾਂ ਤਾਂ ਤੁਸੀਂ ਨਿੱਕੇ ਜੇ ਹੁੰਦੇ ਉਦੋਂ ਤਾਂ ਆਖਦੇ ਵੀ ਕੁੜੀ ਅਡੋਪ ਕਰ ਲਈਏ ਕੀ ਹੈ ਚਲੋ ਹਾਂ ਡੈਡੀ ਨੇ ਕੁੜੀ ਅਡੋਪ ਕੀਤੀ ਫਿਰ ਰੱਖੜੀ ਬੰਨੇ ਤੇਰੀ ਭੈਣ ਘਰੇ ਆਈ ਨੀ ਕਿ ਤੇਰੀ ਕੁੜੀ ਕਹਿੰਦਾ ਓਬੀਅਸਲੀ ਮੈਨੂੰ ਵੀ ਚਾਹੀਦੀ ਸੀ ਜੋ ਮੇਰੇ ਰੱਖੜੀ ਬੰਨੇ ਇਹ ਕਿਹੜੀ ਰੱਖਣੀ ਹੈ ਜਿਹੜੀ ਕੁੜੀ ਪਿਓ ਦੇ ਬੰਨਦੀ ਹੈ ਉਹ ਓਦਾਂ ਬੰਨ ਦਿੰਦੀ ਹੈ ਪਰ ਰੱਖੜੀ ਤਾਂ ਵੀਰਾਂ ਤੇ ਭੈਣ ਭਰਾਵਾਂ ਦੀ ਹੁੰਦੀ ਹੈ ਹਾਏ ਮੇਰੇ ਵੀਰ ਦੇ ਗੁੱਟ ਤੇ ਰੱਖੜੀ ਸਜਾਵਾਂ ਉਹ ਕਹ ਮੈਂ ਮੇਰੇ ਪਿਓ ਦੇ ਗੁੱਟ ਤੇ ਰੱਖੜੀ ਸਜਾਵਾਂ ਆ ਮੇਰੇ ਪਾਪੇ ਵੀਰਾ ਜਾ ਤੂੰ ਰੱਖੜੀ ਪਿਓ ਧੀ ਦੀ ਹੋਵੇਗੀ ਅੱਜ ਲੈ ਦੱਸ ਮੇਰੇ ਰੱਖੜੀ ਸਜਾ ਕੀ ਬੋਲੀ ਇਹਨਾਂ ਤੇਰੀ ਭੈਣ ਆਈ ਘਰੇ ਕਿ ਤੇਰੀ ਜਵਾਕੜੀ ਆਈ ਹੈ ਅਡੋਪ ਕਰ ਲਈ ਚਲੋ ਡੋਪ ਸ਼ੋਪ ਮਾਰੇ ਜੋ ਮਰਜ਼ੀ ਹੋ ਜੇ ਮੈਂ ਲੜਕ ਮੈਂ ਪਹਿਲਾ ਬੱਚਾ ਮੈਂ ਬਾਬਾ ਜੀ ਮੈਂ 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 ਕਹਿੰਦੀ ਪਾਪਾ ਮੈਂ ਹਾਲੀ ਨਹੀਂ ਕਰਨਾ ਮੈਂ ਕਿਹਾ ਅਲੀ ਮੈਨੂੰ ਟਾਈਮ ਦੇ ਥੋੜਾ ਬਹੁਤਾ ਮੈਂ ਹੋਰ ਸੈਟਲ ਹੋਵਾਂ ਆਪਣੀ ਜ਼ਿੰਦਗੀ 'ਚ ਮੈਂ ਥੋੜਾ ਬਾਹਰ ਬੂਰ ਹੋਰ ਵੱਡੀ ਗੱਲ ਜੇ ਤੂੰ ਸੈਟਲ ਹੋਣਾ ਤਾਂ ਫਿਰ ਤੈਨੂੰ ਕਾਹਲੀ ਕਾਹਦੀ ਸੀ ਫਿਰ ਸੈਟਲ ਹੋਣ ਜਾਂਦਾ ਪਤਾ ਸੀ 17 ਤਰੀਕ ਨੂੰ ਦੁਬਈ ਜਾਣਾ 10 ਤਰੀਕ ਨੂੰ ਪ੍ਰੈਗਨੈਂਟ ਇਹ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਸੀ ਜਿੱਦ ਤੱਕ ਮੈਨੂੰ ਲੱਗਦਾ ਬਾਕੀ ਡਾਕਟਰਸ ਦੀ ਟੀਮ ਤਾਂ ਬੈਠੀ ਹੋਈ ਆ ਮੇਰੇ ਕਮੈਂਟਾਂ 'ਚ ਕਮੈਂਟ ਕਰਨੇ ਆਏ ਤੁਸੀਂ ਭਰ ਭਰ ਕੇ ਜਿਨ੍ਹਾਂ ਦੇ ਘਰਾਂ 'ਚ ਕੋਈ ਰਿਸ਼ਤੇਦਾਰ ਡਾਕਟਰ ਉਹਨਾਂ ਨੂੰ ਭੇਜਣਾ ਪ੍ਰੋਗਰਾਮ ਵੇਖੋ ਇਹ ਬਾਕੀ ਇਹ ਕੀ ਸਿਸਟਮ ਚੱਲ ਰਿਹਾ ਇਹ ਲੋਕਾਂ ਨੂੰ ਪਾਗਲ ਤਾਂ ਨਹੀਂ ਬਣਾ ਰਹੇ ਕਿਤੇ ਮੇਰੀ ਬਾਰੇ ਵੀ ਸੋਚਾਂ ਮੈਂ ਕਿਹਾ ਇਹਨੂੰ ਵੀ ਥੋੜ੍ਹਾ ਬਹੁਤਾ ਲਈ ਸਟੱਡੀ ਕਰਾਵਾਂ ਅੱਛਾ ਮੈਂ ਕਿਹਾ ਇੱਦਾਂ ਇਹ ਵੀ ਮਤਲਬ ਕਿ ਹਾਲੀ ਨਹੀਂ ਕਰ ਸਕਦੇ ਨਹੀਂ ਵੱਡੀ ਕੰਟਰੀ ਬਾਰੇ ਸੋਚਣਾ ਮਤਲਬ ਦੁਬਈ ਵੱਡੀ ਕੰਟਰੀ ਨਹੀਂ ਛੋਟੀ ਆ ਵੱਡੀ ਕੰਟਰੀ ਬਾਰੇ ਸੋਚਾਂ ਦੱਸ ਲੈ ਮੈਨੂੰ ਇਹ ਸੀਗਾ ਚਲੋ ਟਾਈਮ ਮਿਲ ਜੇ ਮੈਂ ਵੀ ਚਾਹੁੰਦਾ ਸੀਗਾ ਪਰ ਮੈਂ ਕਿਹਾ ਹਾਲੇ ਟਾਈਮ ਹੋਵੇ
ਤੁਸੀਂ ਬੇਬੀ ਪਲੈਨ ਕਰਨਾ, ਮਤਲਬ ਤੁਸੀਂ ਚਾਹੁੰਦੇ ਹੋ ਵੀ ਹੁਣ ਆਪਾਂ ਦੋਨੇ ਦੋਨਾਂ ਜੀਆਂ ਦਾ ਸਲਾਹ ਵੀ ਆਪਾਂ ਆਪਾਂ ਇੱਕ ਜਵਾਕ ਕਰ ਲਈਏ, ਆਪਣੀ ਜ਼ਿੰਦਗੀ ਆਪਣੀ ਪੀੜ੍ਹੀ ਗਾਂਹ ਵਧੇ। ਅੰਨੀ ਦਿਓ ਤੁਸੀਂ ਪ੍ਰੈਗਨੈਂਟ ਹੋਏ ਫਿਰਦੇ ਹੋ, ਤੁਹਾਨੂੰ ਐਂ ਨਹੀਂ ਪਤਾ ਘਰ 'ਚ ਕੋਈ ਆਖਦਾ ਜਵਾਕ ਚਾਹੀਦਾ ਕੋਈ ਆਖਦਾ ਨਹੀਂ ਚਾਹੀਦਾ, ਜਿਹੜੀ ਆਪ ਪ੍ਰੈਗਨੈਂਟ ਉਹ ਵੀ ਆਖੀ ਜਾਂਦੀ ਮੈਨੂੰ ਨਹੀਂ ਚਾਹੀਦਾ। ਇਹ ਕਿਹੜੀ ਪਲੈਨਿੰਗ ਹੋਈ? ਛਿੱਕੂ ਦੀ ਪਲੈਨਿੰਗ ਹੈ ਇਹ, ਇਹ ਪਲੈਨਿੰਗ ਥੋੜ੍ਹੀ ਆਖਦੇ ਨੇ, ਇਹ ਐਂ ਆਖਦਾ ਵੀ ਸਰਪ੍ਰਾਈਜ਼ ਹੋ ਗਿਆ। ਓ ਮਾਈ ਗੋਡ, ਪ੍ਰੈਗਨੈਂਟ ਹੋ ਗਈ ਮੈਂ। ਚਲ ਬੀਬੀ ਪਲੈਨਿੰਗ, ਸਾਰੇ ਇਮੋਸ਼ਨਲ ਮੂਮੈਂਟ ਬਣ ਗਏ ਮੇਰੇ ਪਲੈਨਿੰਗ ਦੇ। ਮੈਂ ਤਿੰਨ ਚਾਰ ਦਿਨ ਮੈਂ ਕਿਹਾ ਫਿਰ ਜੋ ਹੁਣ ਰੱਬ ਨੇ ਦਿੱਤਾ ਆਪਾਂ ਇਹਨੂੰ ਮਨਾ ਨਹੀਂ। ਅੱਛਾ ਤੇ ਕੀ ਕੋਟ ਪੈਂਟ ਪਾਣਾ ਸੀ? ਹੌਲੀ 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 ਫਿਰ ਮੈਂ ਕਿਹਾ ਚਲੋ ਫਿਰ ਅਸੀਂ ਡਾਕਟਰ ਕੋ ਗਏ। ਫਿਰ ਡਾਕਟਰਸ ਤੁਸੀਂ ਕਹਿੰਦੇ ਆ ਨਾ ਵੀ ਤੁਸੀਂ ਮਤਲਬ ਤੁਸੀਂ ਜਲਦੀ ਬੇਬੀ ਕਿੱਦਾਂ ਸੋਚਣ ਲੱਗ ਗਏ ਸੀ। ਚਲ ਹੁਣ ਤੁਸੀਂ ਖੁਦ ਹੀ ਹਿਸਾਬ ਲਗਾ ਲਓ, 10 ਨਵੰਬਰ ਤੋਂ ਹਿਸਾਬ ਡਾਕਟਰਸ ਜਿਹੜੇ ਹੁੰਦੇ ਆ, ਜੇ ਮੇਰਾ 25 ਨਵੰਬਰ ਨੂੰ ਮੈਰਿਜ ਹੋਈ ਹੈ ਤੇ ਉਹਨਾਂ ਨੇ 25 ਨਵੰਬਰ ਤੋਂ ਨਹੀਂ ਮਤਲਬ 10 ਦਸੰਬਰ ਤੋਂ ਨਹੀਂ ਲਗਾਉਣਾ, ਉਹਨਾਂ ਨੇ ਪਿੱਛੋਂ ਹੀ ਸ਼ੁਰੂ ਕਰਨਾ ਵਾ 10 ਨਵੰਬਰ ਤੋਂ ਹੀ। 10 ਨਵੰਬਰ ਕਿ 10 ਦਸੰਬਰ? 25 ਨਵੰਬਰ ਨੂੰ ਤੇਰਾ ਵਿਆਹ ਹੋਇਆ, 10 ਦਸੰਬਰ ਨੂੰ ਤੂੰ ਪ੍ਰੈਗਨੈਂਟ ਹੋਈ ਹੈ, 10 ਨਵੰਬਰ ਦਾ ਕੀ ਲੈਣ ਦੇਣਾ? ਲਗਾ ਲਓ ਤੁਸੀਂ 10 ਨਵੰਬਰ ਤੋਂ 10 ਦਸੰਬਰ, 10 ਦਸੰਬਰ ਤੋਂ ਜਨਵਰੀ, ਜਨਵਰੀ ਤੋਂ ਫਰਵਰੀ, ਫਰਵਰੀ ਤੋਂ ਮਾਰਚ, ਮਾਰਚ ਤੋਂ ਅਪ੍ਰੈਲ, ਅਪ੍ਰੈਲ ਤੋਂ ਮਈ, ਮਈ ਤੋਂ ਜੂਨ, ਜੂਨ ਤੋਂ ਜੁਲਾਈ, ਜੁਲਾਈ ਤੋਂ ਅਗਸਤ। 10 ਅਗਸਤ ਨੂੰ ਮੈਨੂੰ ਨਵੰਬਰ ਤੋਂ ਦਸੰਬਰ, ਠੀਕ ਹੈ, ਦਸੰਬਰ ਤੋਂ ਜਨਵਰੀ, ਜਨਵਰੀ ਤੋਂ ਫਰਵਰੀ, ਫਰਵਰੀ ਤੋਂ ਮਾਰਚ, ਮਾਰਚ ਤੋਂ ਅਪ੍ਰੈਲ, ਅਪ੍ਰੈਲ ਤੋਂ ਮਈ, ਮਈ ਤੋਂ ਜੂਨ, ਜੂਨ ਤੋਂ ਜੁਲਾਈ, ਜੁਲਾਈ ਤੋਂ ਅਗਸਤ। 10 ਅਗਸਤ ਹੋ ਗਏ ਸੀ 9 ਮੰਥ ਪ੍ਰੋਪਰ ਤੇ ਸਾਡਾ ਬੇਬੀ ਹੋਇਆ ਵਾ, ਮਤਲਬ ਕਿ ਨੂੰ ਹੁਣ ਟੈਨਸ਼ਨ ਪੈ ਗਈ ਕਿ ਸੱਚ ਕਿ ਬੋਲੀ ਜਾਂਦੀ ਆ? ਨਹੀਂ ਫਿਰ ਅਸੀਂ ਕੀ ਨਾਮ ਲੈਂਦੇ ਆ, ਅਸੀਂ ਸੋਚਿਆ ਸੀਗਾ ਕਿ ਹਲੇ ਅਸੀਂ ਵੇਟ ਕਰਦੇ ਆ, ਡਾਕਟਰਸ ਨੇ ਵੀ ਸਾਨੂੰ 10 ਅਗਸਤ ਨੂੰ, ਮਤਲਬ ਜੇ ਤੁਸੀਂ 25 ਨਵੰਬਰ ਨੂੰ ਤੁਹਾਡਾ ਵਿਆਹ ਹੁੰਦਾ, 10 ਨਵੰਬਰ ਨੂੰ ਤੁਸੀਂ ਸ਼ੁਰੂ ਕਰਦੇ ਹੋ, 10 ਦਸੰਬਰ ਨੂੰ ਪਹਿਲਾ ਮਹੀਨਾ ਹੁੰਦਾ, 10 ਦਸੰਬਰ ਨੂੰ, 10 ਨਵੰਬਰ ਨੂੰ ਜੇ ਪ੍ਰੈਗਨੈਂਟ ਹੁੰਦੀ ਹੈ, ਜਦੋਂ ਚੈੱਕ ਕਰਾਇਆ ਮਹੀਨਾ ਹੋ ਗਿਆ ਹੈ ਨਾ, ਇੱਕ ਹਿਸਾਬ ਦਾ ਲਾ ਲਓ ਤੁਸੀਂ, ਵਾਂਟਿੰਗ ਆਉਂਦੀ ਪਈ ਸੀ ਨਾ ਫਿਰ ਦਸੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਆਹ 9ਵਾਂ ਮਹੀਨਾ ਹੋ ਗਿਆ, ਕਿੰਨੀ 10 ਅਗਸਤ ਨੂੰ, ਮਤਲਬ 10 ਨਵੰਬਰ ਨੂੰ ਪ੍ਰੈਗਨੈਂਟ ਹੋਈ ਸੀ ਅਤੇ ਵਿਆਹ ਹੋਇਆ 25 ਨਵੰਬਰ ਨੂੰ। ਓ ਮਾਈ ਗੋਡ, ਨਹੀਂ ਜਿੱਥੇ ਤੱਕ ਇਹ ਮੇਰਾ ਦਿਮਾਗ ਹੈ ਜਿਹੜਾ ਮੈਂ ਚਲਾਈ ਜਾਂਦਾ ਨਾ, ਹੁਣ ਤੁਸੀਂ ਪਲੀਜ਼ ਡਾਕਟਰਸ ਦੀ ਟੀਮ ਬੁਲਾਈ ਜਾਵੇ ਮੇਰੇ ਕਮੈਂਟ ਸੈਕਸ਼ਨ ਦੇ ਵਿੱਚ, ਪੁੱਛਿਆ ਜਾਵੇ ਵੀ ਇਹ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਸੀ ਜਾਂ ਬਾਅਦ ਚੋਂ ਪ੍ਰੋਪਰ। ਤੇ ਸਾਡਾ ਬੇਬੀ ਹੋਇਆ ਮਤਲਬ ਕਿ 9 ਮਹੀਨੇ। ਅੱਛਾ, ਮਤਲਬ 12-13 ਅਗਸਤ ਨਾਮ ਲੈਂਦੇ ਆ, ਅਸੀਂ ਸੋਚਿਆ ਸੀਗਾ ਕਿ ਹਲੇ ਅਸੀਂ ਵੇਟ ਕਰਦੇ ਆ, ਡਾਕਟਰਸ ਨੇ ਵੀ ਸਾਨੂੰ ਕਿਹਾ ਕਿ ਮਤਲਬ ਮੇਰੇ ਮੈਨੂੰ ਪ੍ਰੈਗਨੈਂਸੀ ਚ ਇਹਨਾਂ ਵੱਲੋਂ ਕੋਈ ਵੀ ਉਹ ਨਹੀਂ ਸੀਗੀ, ਮੈਡੀਸਿਨ ਵੀ ਵਧੀਆ ਸਭ ਕੁਛ, ਮਤਲਬ ਮੈਂ ਕਹਿੰਦੇ ਆ ਨਾ ਜਦੋਂ ਮੈਨੂੰ ਪਤਾ ਲੱਗਿਆ ਨਾ ਕਿ ਪ੍ਰੈਗਨੈਂਟ ਆ, ਮੇਰਾ ਜਾਣ ਦਾ ਬਿਲਕੁਲ ਮਨ। ਅੱਛਾ, ਕਿਉਂਕਿ ਹੁੰਦਾ ਨਾ ਕਿ ਹਰ ਚੀਜ਼ ਮੈਂ ਕਰਾਂ, ਅੱਗੇ ਹੋ ਹੋ ਕੇ ਨਹੀਂ, ਕੀ ਅੱਗੇ ਹੋ ਹੋ ਕੇ, ਮਤਲਬ ਤੂੰ ਕੀ ਚਾਹੁੰਦਾ ਵੀ ਜਵਾਕ ਤੂੰ ਜੰਮੇ, ਪ੍ਰੀਤ ਨਾ ਜੰਮੇ, ਜਾਣ ਦਾ ਉਹ ਤਾਂ ਹੁਣ ਓਬਵੀਅਸ ਜੀ ਗੱਲ ਹੈ, ਤੂੰ ਪ੍ਰੈਗਨੈਂਟ ਨਾ ਕਰਦਾ, ਤੈਨੂੰ ਪਤਾ ਇਹ ਕਿਹੜੀ ਪਲੈਨਿੰਗ ਸੀ, ਜਾਂ ਤਾਂ ਤੁਸੀਂ ਪਲੈਨਿੰਗ ਕੀਤੀ ਹੁੰਦੀ, ਉਹਨੂੰ ਤਾਂ ਆਖਦਾ ਯਾਰ ਰੁਕ ਕੇ ਪਲੈਨਿੰਗ ਕਰ ਲਾਂਗੇ, ਮੈਂ ਜਾਣਾ ਜਾਣਾ ਹਜੇ, ਤੁਸੀਂ ਤਾਂ ਆਪ ਖੁਦ ਸਰਪ੍ਰਾਈਜ਼ ਸੀ, ਪ੍ਰੈਗਨੈਂਟ ਹੋ ਗਈ। ਓ ਮਾਈ ਗੋਡ, ਚਲ ਤੇ ਮੈਨੂੰ ਅੱਜ ਮਤਲਬ ਕਿ ਅੱਜ ਪਤਾ ਲੱਗਦਾ ਵਾ 4th ਦਿਨ ਜਾ ਕੇ ਮੇਰੀ ਫਲਾਈਟ। ਅੱਛਾ, ਤੁਸੀਂ ਸੋਚੋ ਮੇਰਾ ਉਹ ਚੀਜ਼ ਫੇਸ ਕਰਨਾ ਕਿੱਦਾਂ ਹੋਊਗਾ, ਬੜਾ ਫੇਸ ਕਰਨਾ ਹੋਊਗਾ, ਛੱਤ ਟੁੱਟ ਗਿਆ ਕਿ ਮੈਨੂੰ ਰੋਕ ਲਿਆ, ਮੈਂ ਕਿਹਾ ਮੈਨੂੰ ਟਾਈਮ ਦੇ ਦੇ, ਮੈਂ ਨੈਕਸਟ 6 ਮੰਥ ਕੋਈ ਨਾ ਜੇ ਵੀਜ਼ਾ ਕੈਂਸਲ ਹੁੰਦਾ ਹੋ ਲੈਂਦੇ ਮੈਂ ਅਗਲੀ ਵਾਰ ਲਵਾ ਕੇ ਚਲਾ ਜਾਊਂਗਾ, ਪਰ ਨਹੀਂ ਨੈਕਸਟ 6 ਮੰਥ ਮਤਲਬ ਤੂੰ ਵੀਜ਼ਾ ਲਵਾ ਕੇ ਅਗਲੇ ਦੀ ਚਲਾ ਜਾਏਗਾ ਟੋਪੇ, 6 ਮਹੀਨਿਆਂ 'ਚ ਵੀ ਜਵਾਕ ਫਿਰ 6 ਮਹੀਨੇ ਦਾ ਹੀ ਹੋਣਾ ਸੀ, ਉਦੋਂ ਕਿਹੜਾ ਬਾਹਰ ਆ ਕੇ ਖੇਡਣ ਲੱਗੇ ਤਾਂ ਤੇਰੇ ਨਾਲ ਫੁੱਟਬਾਲ, ਉਹ ਉਦੋਂ ਵੀ ਪ੍ਰੈਗਨੈਂਟ ਹੀ ਰਹਿਣੀ ਸੀ, 6 ਮਹੀਨੇ ਬਾਅਦ ਲਵਾਉਂਦਾ ਤਾਂ 6 ਮਹੀਨੇ ਲਾ ਕੇ ਆ ਜਾਂਦਾ, ਪਹਿਲੇ 4-5 ਮਹੀਨੇ ਤਾਂ ਕੋਈ ਇੰਨੀ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਮੇਰੇ ਹਿਸਾਬ ਨਾਲ, ਸਹੀ ਤਾਂ ਦਿੱਕਤ ਹੁੰਦੀ 8-9 ਮਹੀਨੇ ਹੁੰਦੀ ਹੈ ਜਿੱਥੇ ਤੱਕ ਮੈਨੂੰ ਪਤਾ, 7 ਲਾ ਲਓ ਚਲੋ।
ਤੇ ਨਹੀਂ ਏਦਾਂ ਹੁੰਦਾ, ਪਾਪਾ ਵੀ ਸਮਝਾਉਣ ਲੱਗ ਗਏ ਕਿ ਹੁਣ ਤੇਰੇ ਤੇ ਜ਼ਿੰਮੇਵਾਰੀ ਪੈ ਜਾਣੀ ਆ, ਏਦਾਂ ਹੁੰਦਾ। ਮੈਂ ਫਿਰ ਚਲਾ ਗਿਆ, ਜਦੋਂ ਇਹ ਪਹਿਲੀ ਵਾਰ ਹੋਸਪਿਟਲ ਗਈ ਨਾ, ਕਹਿੰਦੀ ਮੈਂ ਹੁਣ ਚੈੱਕਅਪ ਕਰਾਉਣ ਚੱਲੀ ਆ। ਉਦੋਂ ਮਤਲਬ ਕਿ ਮੇਰੀ ਸਭ ਤੋਂ ਕਿ ਉਦੋਂ ਕਹਿੰਦੇ ਸੀ ਹਸਬੈਂਡ ਦਾ ਨੇਮ ਚਾਹੀਦਾ ਨਾ। ਮੈਂ ਪਾਪਾ ਨਾਲ ਗਈ ਸੀ, ਮੈਂ ਪਾਪਾ ਮੰਮਾ ਤੇ ਉਦੋਂ ਉਹਨਾਂ ਨੇ ਹਸਬੈਂਡ ਦਾ ਨੇਮ ਪੁੱਛਿਆ, ਉਹਨੂੰ ਕਿਹਾ ਨਾ ਗੁਰਲਾਲ ਸਿੰਘ, ਸਭ ਕੁਛ ਮੇਰੇ ਨਾਂ ਤੇ ਹੁਣ ਸਭ ਕੁਛ ਹੁੰਦਾ। ਬੜੀ ਵਧੀਆ ਫੀਲਿੰਗ ਆਉਂਦੀ ਆ, ਪਰ ਉਸ ਟਾਈਮ ਮੈਨੂੰ ਨਾ ਹੋਣਾ ਬੜਾ ਅੱਗਾ ਹੁਣ ਦੁਬਈ 'ਚ ਫਲੈਟ, ਚਲੋ ਠੀਕ ਹੈ ਵੀ ਫੀਲਿੰਗ ਹੋ ਸਕਦੀ ਹੈ ਯਾਰ ਅਗਲੇ ਦੀ, ਫੀਲਿੰਗ ਤਾਂ ਹੁੰਦੀ ਹੈ ਬਈ ਫੀਲਿੰਗ, ਚਲੋ ਫੀਲਿੰਗ ਆਉਂਦੀ ਹੈ ਬੜੀ ਵਧੀਆ। ਚਲੋ ਹਾਂ, ਬਟ ਉਹ ਸਫ਼ਰ ਮੇਰੀ ਜ਼ਿੰਦਗੀ ਦਾ ਬਹੁਤ ਔਖਾ ਸੀ। ਉਹ ਵੀ ਤੁਹਾਨੂੰ ਦੱਸਾਂਗੇ ਪ੍ਰੀਤ, ਵਾਕਈ ਬਹੁਤ ਔਖਾ ਸੀ ਪ੍ਰੀਤ, ਤੂੰ ਦੱਸਿਆ ਸੀ ਆਪਦੇ ਚੈਨਲ 'ਤੇ ਵੀ ਬਹੁਤ ਔਖਾ ਸੀਗਾ, ਤੇਰੀ ਕੇਅਰ ਨਹੀਂ ਕੀਤੀ ਕਿਸੇ ਨੇ, ਲਟਰਮ ਪਟਰਮ ਜੋ ਵੀ ਸਿਸਟਮ ਸੀਗਾ, ਵਾਕਈ ਬਹੁਤ ਔਖਾ ਸੀਗਾ। ਅੱਛਾ ਦੱਸੇਗਾ ਬਸ਼ਰਮਾ ਜੀ ਕਿੱਦਾਂ ਇਹਨੇ ਕੱਟਿਆ 9 ਮੰਥ ਵਲੋਗ ਆਊਗਾ ਪ੍ਰੈਗਨੈਂਸੀ ਦਾ, ਤੇ ਪਰ ਬੇਬੀ ਸਾਡਾ ਇੱਦਾਂ ਹੋਇਆ ਸੀ। ਤੁਸੀਂ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ ਯਾਰ, ਦੇਖੋ ਜਦੋਂ ਅੱਛਾ ਇਹ ਸ਼ੁਰੂ ਤੋਂ ਮਿੰਨਤਾਂ ਕਰੀ ਜਾਂਦਾ ਗਲਤ ਕਮੈਂਟ ਨਾ ਕਰਿਆ ਕਰੋ, ਗਲਤ ਕਮੈਂਟ ਨਾ ਕਰਿਆ ਕਰੋ। ਦੇਖੋ ਆਪਾਂ ਕੰਟੈਂਟ ਪਾਉਣੇ ਆ, ਹੁਣ ਜਿਵੇਂ ਮੈਂ ਇੱਥੇ ਰੋਮਾਂਚਿਕ ਪ੍ਰੋਗਰਾਮ ਪਾਉਣਾ, ਮੈਂ ਪ੍ਰੋਗਰਾਮ ਉਦੋਂ ਤੱਕ ਪਾਉਣਾ ਉਸ ਬੰਦੇ ਦੇ ਜਦੋਂ ਤੱਕ ਉਹ ਬੰਦੇ ਦੇ ਪ੍ਰੋਗਰਾਮ ਪਿੱਟ ਨਹੀਂ ਜਾਂਦੇ, ਰਾਈਟ। ਜਿਵੇਂ ਹੁਣ ਹਮਾਨੀ ਸੀਰੀਜ਼ ਆਈ ਸੀ, ਆਹ ਹੁਣ ਪਿੱਛੇ ਜੇ ਪਾਇਆ ਹਮਾਨੀ ਪ੍ਰੋਗਰਾਮ, ਜਮਾਂ ਬਹੁਤ ਬੋਰ ਕਰਨ ਲੱਗ ਗਈ, ਬਹੁਤ ਜ਼ਿਆਦਾ ਟੂ ਮੱਚ ਬੋਰ ਕਰਨ ਲੱਗ ਗਈ। ਹੁਣ ਪਤਾ ਹਮਾਨੀ ਸੀਰੀਜ਼ਾਂ ਦੇ 100-100 ਕੇ ਵਿਊ ਵੀ ਪਿਆ, ਮਤਲਬ ਲੱਖ-ਲੱਖ ਵਿਊ ਪਿਆ ਹੈ ਨਾ ਇਸ ਚੈਨਲ 'ਤੇ। ਹੁਣ ਉਹ ਪਿੱਟਣ ਲੱਗ ਗਈ ਹਮਾਨੀ ਸੀਰੀਜ਼, ਲੋਕ ਨਹੀਂ ਪਸੰਦ ਕਰਦੇ, ਮੈਂ ਚੇਂਜ ਕਰ ਦੇਣਾ, ਲੋਕਾਂ ਨੂੰ ਪਸੰਦ ਆਉਣੀ ਚਾਹੀਦੀ ਹੈ। ਪਰ 2-3 ਸਾਲ ਪਹਿਲਾਂ ਤਾਂ ਪਿੱਟੀ ਜਾਂਦਾ ਤੂੰ ਵੀ ਮੇਰੇ ਗਲਤ ਕਮੈਂਟ ਨਾ ਕਰੋ, ਹੁਣ ਤੱਕ ਲੋਕ ਗਲਤ ਕਮੈਂਟ ਕਰੀ ਜਾਂਦੇ। ਜਿਹੜੀ ਪ੍ਰੈਗਨੈਂਸੀ ਕੀ ਦੁਸ਼ਮਣੀ ਹੈ ਤੇਰੇ ਨਾਲ ਲੋਕਾਂ ਦੀ, ਉਹ ਸਿਰਫ ਡਾਕਟਰ ਹੀ ਦੱਸ ਸਕਦੀ ਹੈ ਕਿ ਕਿੱਥੋਂ ਬੱਚਾ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਨੋਰਮਲ ਡਿਲੀਵਰੀ ਜਾਂ ਸੀ ਸੈਕਸ਼ਨ। ਹਾਂ ਅਸੀਂ ਵੀ ਸੋਚਿਆ, ਪਲੀਜ਼ ਇਹ ਪ੍ਰੋਗਰਾਮ ਡਾਕਟਰਾਂ ਤੱਕ ਪਹੁੰਚਾਇਆ ਜਾਵੇ। ਡਾਕਟਰ ਸਾਹਿਬ ਤੁਸੀਂ ਦੱਸੋ, ਇਹ ਵਾਕਈ ਜਿਹੜੀ ਪ੍ਰੈਗਨੈਂਸੀ ਸੀਗੀ ਇਹ 10 ਵਿਆਹ ਤੋਂ ਪਹਿਲਾਂ ਹੋਈ ਸੀ ਪ੍ਰੈਗਨੈਂਟ ਜਾਂ ਵਿਆਹ ਤੋਂ ਬਾਅਦ ਹੋਈ ਸੀ? ਅਗਸਤ 'ਚ ਜਵਾਕ ਹੋ ਗਿਆ, 10 ਅਗਸਤ ਨੂੰ, 12-14-15 ਅਗਸਤ ਨੂੰ, ਅਤੇ 25 ਨਵੰਬਰ ਦਾ ਵਿਆਹ ਸੀਗਾ, 9 ਮਹੀਨੇ 4 ਦਿਨਾਂ 'ਚ ਜਵਾਕ ਹੋਇਆ। ਸੋ ਉਹਦੇ ਹਿਸਾਬ ਨਾਲ ਤਾਂ 10 ਨਵੰਬਰ ਤੋਂ ਦਿਨ ਸ਼ੁਰੂ ਹੁੰਦੇ ਆ। ਬਾਕੀ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ ਸੀਗਾ ਕਿ ਯਾਰ ਸਾਨੂੰ ਇੰਨੀ ਜਲਦੀ ਕਿੱਦਾਂ ਬੇਬੀ ਕਨਸੀਵ ਹੋ ਗਿਆ ਏਦਾਂ ਉਹਦਾ, ਕਿਉਂਕਿ ਮੈਂ ਸਪੈਸ਼ਲੀ ਮਤਲਬ ਮੈਨੂੰ ਇੰਨਾ ਹੀ ਪਤਾ ਸੀਗਾ ਕਿ ਲਾਸਟ ਡੇਜ਼ ਦੇ ਵਿੱਚ ਬੇਬੀ ਕਨਸੀਵ ਨਹੀਂ ਹੁੰਦਾ, ਬਟ ਮੈਨੂੰ ਮਤਲਬ 13 ਡੇਜ਼ ਤੱਕ ਕਨਸੀਵ ਹੋ ਸਕਦਾ ਆ, ਮੈਨੂੰ ਇੰਨਾ ਪਤਾ ਸੀ। ਤੇ ਮੈਨੂੰ ਵੀ ਮੈਂ ਕਿਹਾ ਵੀ ਮੈਨੂੰ ਬੇਬੀ ਕਨਸੀਵ ਕਿੱਦਾਂ, ਇਹਨਾਂ ਦੇ ਮਨ 'ਚ ਨਹੀਂ ਆਇਆ ਕੁਛ ਵੀ, ਬਟ ਮੇਰੇ ਮਨ ਵਿੱਚ ਆਇਆ, ਮੈਂ ਕਿਹਾ ਮੈਨੂੰ ਕਨਸੀਵ ਕਿੱਦਾਂ ਹੋ ਗਿਆ ਬੇਬੀ, ਮੈਂ ਕਿਹਾ ਏਦਾਂ ਤਾਂ ਨਹੀਂ ਹੋ ਸਕਦਾ। ਜਦੋਂ ਰੱਬ ਨੇ ਦੇਣਾ ਉਹਨੇ ਦੇ ਹੀ ਦੇਣਾ। ਹਾਂ ਬਟ ਨਹੀਂ ਮੈਨੂੰ ਇੰਨਾ ਪਤਾ ਸੀਗਾ ਕਿ ਲਾਸਟ ਅੰਨੀ ਦੇ ਆ, ਇਹ ਪਲੈਨਿੰਗ ਸੀਗੀ ਰੱਬ ਨੇ ਦੇਣਾ, ਠੀਕ ਹੈ ਰੱਬ ਨੇ ਦੇਣਾ ਦੇ ਦੇਣਾ, ਪਰ ਕੀ ਕਹਾਂ ਹੁਣ ਮੈਂ। ਚਲੋ ਬਹੁਤ ਪਰਿਵਾਰ ਵੇਖਦੇ ਆਪਾਂ ਨੂੰ, ਜਿੱਦਾਂ ਮੈਂ ਬੋਲਣਾ ਨਹੀਂ ਚਾਹੁੰਦਾ। ਨਹੀਂ ਮੈਨੂੰ ਇੰਨਾ ਪਤਾ ਸੀਗਾ ਕਿ ਲਾਸਟ ਡੇਜ਼ ਦੇ ਵਿੱਚ ਨਹੀਂ ਹੁੰਦਾ, ਠੀਕ ਹੈ। ਕੀ ਗੱਲ, ਛੁੱਟੀਆਂ ਚੱਲਦੀਆਂ ਉਹਨਾਂ? ਡਾਕਟਰ ਕੋਲ ਗਈ ਤੇ ਮੈਨੂੰ ਡਾਕਟਰ ਕਹਿੰਦੇ ਵੀ ਅਸੀਂ 10 ਨਵੰਬਰ ਤੋਂ ਹੀ ਲਗਾਵਾਂਗੇ। ਮੈਂ ਕਿਹਾ ਕਿਉਂ ਲਗਾਉਂਗੇ? ਕਹਿੰਦੇ ਕਿਉਂਕਿ ਕਹਿੰਦੇ ਦੇਖੋ ਬੇਟਾ, ਕਹਿੰਦੇ 10 ਨਵੰਬਰ ਤੋਂ 7 ਡੇਜ਼ ਦਾ ਜਿਹੜਾ ਸਾਈਕਲ ਹੁੰਦਾ ਉਹ ਨਿਕਲ ਜਾਂਦਾ, ਕਹਿੰਦੇ ਉਹ ਵਿੱਚ ਜੋੜਿਆ ਨਹੀਂ ਜਾਂਦਾ, ਕਹਿੰਦੇ ਜਿਹੜੇ ਅਗਲੇ 15 ਡੇਜ਼ ਹੁੰਦੇ ਆ ਨਾ, ਕਹਿੰਦੇ ਉਹ ਡੇਜ਼ ਦੇ ਵਿੱਚ ਤੁਸੀਂ ਕਨਸੀਵ ਕਰ ਸਕਦੇ ਹੋ। ਤੇ ਕਹਿੰਦੇ ਜਿਸ ਦਿਨ ਤੁਹਾਡੀ, ਕਹਿੰਦੇ ਤੁਹਾਡੀ ਮੈਰਿਜ ਕਿਸ ਦਿਨ ਹੋਏ? ਮੈਂ ਕਿਹਾ 25 ਨੂੰ, ਨਵੰਬਰ ਨੂੰ। ਕਹਿੰਦੇ ਬਸ ਠੀਕ ਹੈ, ਕਹਿੰਦੇ ਫਿਰ 25, 26, 27 ਤੱਕ ਤੁਸੀਂ ਕਨਸੀਵ ਕੀਤਾ ਹੋਏਗਾ। ਨਹੀਂ ਇਹ ਸੱਚ ਬੋਲੀ ਜਾਂਦੀ ਆ, ਡਾਕਟਰਾਂ ਨੂੰ ਛੱਡੋ, ਬਹੁਤ ਵੀਰ ਭੈਣ ਭਰਾ ਵੀ ਵੇਖਦੇ ਆ ਜਿਹੜੇ ਵਿਆਹੇ ਵਰੇ, ਜਿਹਨਾਂ ਨੂੰ ਦੁਨੀਆਦਾਰੀ ਦਾ ਪਤਾ, ਪਰ ਤੁਸੀਂ ਇੰਨੇ ਦੱਸਣਾ ਵੀ ਇਹ ਸੱਚ ਹੈ ਜਾਂ ਝੂਠ ਹੈ, ਗੱਪੀ ਕਿਸੇ ਥਾਂ ਦੇ।
ਆਪਾਂ ਯਾਰ ਬਹੁਤ ਕੁਛ ਕਹਿ ਸਕਦੇ ਆ ਜੋ ਉਹਨਾਂ ਨੇ ਜਾ ਕੇ ਦੱਸਣਾ, ਆਪਾਂ ਆਪਣਾ ਦਿਮਾਗ ਲਾਈ ਜਾਈਏ। ਕਹਿੰਦੇ ਨਾ ਇੱਥੇ ਬੈਠੇ ਤੇ ਲੋਕੀ 100 ਗੱਲਾਂ ਕਰਦੇ ਆ, ਤੁਸੀਂ ਆਪਦਾ ਦਿਮਾਗ ਕਿਉਂ ਲਾਈ ਜਾਂਦੇ? ਤੁਹਾਨੂੰ ਕੀ ਲੋੜ ਪਈ ਲੋਕਾਂ ਦਾ ਮੱਥਾ ਮਾਰਨ ਦੀ? ਐਵੇਂ ਸਾਡੇ ਵਰਗਾ ਵੀ ਕੱਲ ਨੂੰ ਗੱਲਾਂ ਕੱਢੀ ਜਾਂਦਾ, ਜਦੋਂ ਉਹਨੂੰ ਕੋਈ ਗੱਲ ਕਰਦੇ ਉਹਨਾਂ ਨੇ ਬਾਬੇ ਦੇ ਰੰਗ ਉੱਡ ਜਾਂਦੇ ਕੀ ਬੋਲੀ ਜਾਂਦੀ ਆ। ਤੇ ਫਿਰ 26 ਮਤਲਬ 26-27 ਨੂੰ ਕਹਿੰਦੇ ਤੁਸੀਂ ਕਨਸੀਵ ਕੀਤਾ, ਉਹਨਾਂ ਨੇ ਮੈਨੂੰ ਡੇਟ ਵੀ ਦੱਸ ਦਿੱਤੀ। ਮੈਂ ਫਿਰ ਸੋਚਿਆ ਕਿ ਹਾਂ ਠੀਕ ਹੈ, ਮੈਂ ਕਿਹਾ ਉਸ ਤੋਂ ਬਾਅਦ ਤਾਂ ਕਨਸੀਵ ਨਹੀਂ ਹੋ ਸਕਦਾ ਸੀਗਾ ਕਿਉਂਕਿ ਅਸੀਂ ਚਾਹੁੰਦੇ ਨਹੀਂ ਸੀ ਹਲੇ। ਤੇ 26-27 ਦੇ ਵਿੱਚ ਕਨਸੀਵ ਹੋਇਆ, ਉਹਨਾਂ ਨੇ ਦੱਸ ਦਿੱਤਾ, ਫਿਰ ਅਸੀਂ ਠੰਡੇ ਹੋ ਕੇ ਬਹਿ ਗਏ ਸੀਗੇ। ਠੀਕ ਹੈ, ਜਦੋਂ ਮੈਂ ਆਇਆ ਤੇ ਜਦੋਂ ਮੈਂ ਦੇਖਿਆ ਠੰਡੇ ਹੋ ਕੇ ਬਹਿ ਗਏ, ਉਹ ਖੁਸ਼ੀ ਹੋਈ ਮੈਨੂੰ। ਫਿਰ ਹੌਲੀ ਹੌਲੀ ਟਾਈਮ ਲੰਘਦਾ ਲੰਘਦਾ ਫਾਈਨਲੀ ਉਹ ਜਦੋਂ ਦਿਨ ਆਇਆ ਨਾ 14 August 2021, ਅੱਛਾ ਉਹ ਸਭ ਤੋਂ 2021 ਚ ਜਵਾਕ ਹੋ ਗਿਆ, ਮਤਲਬ 2020 ਚ ਤੇਰਾ ਵਿਆਹ ਹੋ ਗਿਆ ਸੀਗਾ ਤੇ ਰੋਪਲ ਉਹ ਜੇ 2020 ਚ ਵਿਆਹ ਹੋ ਗਿਆ ਸੀ ਤੇ 2024 ਆ ਗਿਆ, ਮਤਲਬ ਇਹਨੂੰ 4 ਸਾਲ ਹੋ ਗਏ ਭੋਰਦੇ ਨੂੰ। ਵਾਹ ਯਾਰ, ਤੈਨੂੰ ਤਾਂ ਕੋਰਸ ਦੀ ਲੋੜ ਨਹੀਂ, ਤੇਰੇ ਕੋਲ ਤਾਂ ਐਕਸਪੀਰੀਅੰਸ ਹੀ ਬਹੁਤ ਹੈ, ਤੂੰ ਕਲਾਸਾਂ ਲਾਇਆ ਕਰ ਭੋਰਨ ਵਾਲੀਆਂ, ਤੂੰ ਤੇ ਦੀਪ ਮਥਾੜੂ ਰਲ ਕੇ। ਅੱਛਾ 14 August 2024 ਨੂੰ ਆਈ ਸੀਗਾ, ਉਹ ਵੀ ਦੱਸਾਂਗੇ ਡਾਕਟਰ ਨੇ ਸਾਨੂੰ ਕੀ ਦੱਸਿਆ ਸੀ ਤੇ ਕੀ ਹੋਇਆ ਸੀ ਉਹਦਾ ਵਲੌਗ ਸਭ ਆਏਗਾ ਜੋ 9 ਮੰਥ ਪਾਊਂਗਾ ਨਾ ਮੈਂ, ਸਭ ਹੁਣੇ ਦੱਸ ਦੇ ਸਾਡੇ ਹੱਥ 'ਚ ਆਇਆ ਨਾ। ਹਰ ਚੀਜ਼ ਦਾ ਵਲੌਗ ਪਾਈ ਜਾਂਦਾ, ਡਿਲੀਵਰੀ ਦਾ ਵੀ ਪਾ ਦੇਣਾ ਸੀ ਵਲੌਗ ਬਸ਼ਰਮਾ, ਉਹੀ ਰਹਿ ਜਾਂਦਾ। ਅੱਜ ਕੱਲ੍ਹ ਬਥੇਰੀਆਂ ਜਿਨ੍ਹਾਂ ਨੇ ਜਵਾਕਾਂ ਨੂੰ ਹੀ ਕੰਟੈਂਟ ਬਣਾ ਰੱਖਿਆ ਹੈਗਾ, ਆ ਜੀ ਬੇਬੀ ਹੋ ਗਿਆ ਜੀ, ਬੇਬੀ ਆ ਗਈ ਹੈ, ਬੇਬੀ ਚੱਲੇ ਆ ਜੀ, ਬੇਬੀ ਦੇ ਕੱਪੜੇ ਸ਼ੋਪਿੰਗ ਦਾ ਅਸਲ। ਤੇ ਤੁਸੀਂ ਦੇਖਿਆ ਹੋਣਾ ਵਲੌਗ ਇਹ ਕਿੱਦਾਂ ਸੀਗੀ, ਤੇ ਮੈਂ ਕਾਕਾ ਜਦੋਂ ਫੜਿਆ ਸੀਗਾ, ਮੈਂ ਇਹਨੂੰ ਡਾਕਟਰ ਦੇ ਹੀ ਵਾਰ ਵਾਰ ਜਦੋਂ ਮੈਂ ਦੱਸਿਆ, ਹਾਂ ਨਹੀਂ ਨਹੀਂ ਜਿੱਦਾਂ ਮੇਰਾ ਆਪਰੇਟ ਕਰ ਰਹੇ ਸੀ ਨਾ, ਉਸ ਤੋਂ ਬਾਅਦ ਮਤਲਬ ਡਾਕਟਰਸ ਨੇ ਮਤਲਬ ਮੈਨੂੰ ਆਪਣੇ ਆਪ ਦੱਸਿਆ ਕਿ ਤੁਸੀਂ ਬੇਬੀ ਗਰਲ ਹੋਈ ਹੈ ਤੁਹਾਨੂੰ, ਤੇ ਡਾਕਟਰ ਐਂਡ ਤੇ ਮੈਨੂੰ ਪਤਾ ਕਿ ਕਹਿੰਦੇ ਇਹ ਪਹਿਲਾ ਬੱਚਾ ਹੈ, ਕਹਿੰਦੇ ਜਿਵੇਂ ਆਬਵੀਅਸ ਗੱਲ ਹੈ ਹੁਣ ਡਾਕਟਰ ਆਪਣੇ ਆਪ ਹੀ ਦੱਸਣਗੇ, ਹੋਰ ਤੁਸੀਂ ਥੋੜੀ ਕਹੋਗੇ ਡਾਕਟਰ ਪਰੇ ਹੋ ਮੈਂ ਚੈੱਕ ਜਵਾਕ ਕੁੜੀ ਮੁੰਡਾ ਹੋਇਆ ਦੱਸ ਲੈ, ਮੈਂ ਤੁਹਾਨੂੰ ਦੱਸਾਂਗੀ ਤੂੰ ਮੈਨੂੰ ਨਹੀਂ ਦੱਸੇਗਾ ਕੀ ਬੋਲੀ ਜਾਂਦੀ ਹੈ ਯਾਰ। ਇੱਕ ਵਾਰ ਵੀ ਨਹੀਂ ਪੁੱਛਿਆ ਸਾਰੇ ਮਤਲਬ ਸਰਜਰੀ ਦੇ ਦੌਰਾਨ ਕਿ ਡਾਕਟਰ ਮੈਨੂੰ ਬੇਬੀ ਗਰਲ ਹੋਈ ਹੈ ਕਿ ਬੇਬੀ ਬੋਏ ਹੋਇਆ, ਕਹਿੰਦੇ ਬਸ ਇਹੀ ਪੁੱਛੀ ਜਾ ਰਹੀ ਹੈ ਬੇਬੀ ਠੀਕ ਹੈ, ਡਾਕਟਰ ਸਾਹਿਬ ਮੇਰਾ ਬੇਬੀ ਠੀਕ ਹੈ, ਡਾਕਟਰ ਮੇਰਾ ਬੇਬੀ ਠੀਕ ਹੈ। ਕਿਸੇ ਨੇ ਵੀ ਨਹੀਂ ਸਾਡੇ ਪਰਿਵਾਰ 'ਚ ਜਾਂ ਇਹਦੇ ਫੈਮਿਲੀ 'ਚ ਕਿਸੇ ਨੇ ਨਹੀਂ ਕਿਹਾ ਕਿ ਤੈਨੂੰ ਕੁੜੀ ਹੋਈ ਹੈ ਜਾਂ ਮੁੰਡਾ ਹੋਇਆ, ਸਾਰੇ ਜਦੋਂ ਦੱਸਿਆ ਨਾ ਮੈਂ ਪਾਪਾ ਨੂੰ ਫੋਨ ਕੇ, ਪਾਪਾ ਮੇਰੇ ਗਰਲ ਹੋਈ ਆ, ਓਏ ਹੋਏ ਪਾਪਾ ਜਿੱਦਾਂ ਫੋਨ ਤੇ ਰੋਏ ਸੀ ਨਾ ਮੇਰੇ, ਕੋਈ ਇੰਨੀ ਜਜਮੈਂਟ ਕਰ ਸਕਦਾ, ਓਏ ਹੋਏ ਸੱਚੀ ਮੈਂ ਹੁਣ ਹੀ ਪਾਪਾ ਜਿੱਦਾਂ ਫੋਨ ਤੇ ਰੋਏ ਸੀ ਉਦਾਂ ਕੋਈ ਨਹੀਂ ਜਜਮੈਂਟ ਕਰ ਸਕਦਾ, ਇਹ ਪਾਪਾ ਰੋਈ ਜਾਂਦੇ ਕਿ ਡਰਾਮੇ ਕਰੀ ਜਾਂਦੇ, ਜਜਮੈਂਟ ਵਰਡ ਕਿੱਥੋਂ ਆ ਗਿਆ ਇਹਦੇ 'ਚ, ਡਾਂਸ ਇੰਡੀਆ ਡਾਂਸ ਚੱਲੀ ਜਾਂਦਾ। ਉਹ ਖੁਰਕੋ ਗਈ, ਇੱਕ ਮਿੰਟ ਰੁੱਕ, ਕੋਈ ਨਹੀਂ ਜੱਜ ਕਰ ਸਕਦਾ ਢੋਈ 'ਚ ਕਿੱਥੇ ਖੁਰਕੋ ਹੀ ਹੁੰਦੀ, ਪਾਪਾ ਜਿਹੜੇ ਰੋਏ ਸੀ ਨਾ ਉਹਦੇ 'ਚ ਕੋਈ ਜਜਮੈਂਟ ਨਹੀਂ ਕਰ ਸਕਦਾ, ਕੀ ਬੋਲਦਾ ਇੰਗਲਿਸ਼ ਦੇ ਵਰਡ ਕਿਤੇ ਵੀ ਨਹੀਂ ਯੂਜ਼ ਕਰੀਦੇ ਹੁੰਦੇ ਗੇ, ਜਿੱਥੇ ਲੋੜ ਆ ਉੱਥੇ ਕਰੀਦੇ ਆ ਟੋਪੇ। ਆਣਾ ਵਾ ਅਗਲੇ ਦਿਨ ਨਹੀਂ ਆਣਾ, ਮੈਨੂੰ ਹੁਣ ਹੀ ਫੇਸ ਦਿਖਾ, ਮੇਰੇ ਫੋਨ ਨਹੀਂ ਹੈਗਾ, ਪਾਪਾ ਜੋਬ ਤੇ ਜਾਂਦੇ ਨੇ ਉੱਥੇ ਫੋਨ ਸਿੰਪਲ ਹੁੰਦਾ ਵਾ, ਤੇ ਉਦੋਂ ਪਾਪਾ ਜਿੱਥੇ ਜੋਬ ਤੇ ਜਾਂਦੇ ਉੱਥੇ ਫੋਨ ਸਿੰਪਲ ਹੁੰਦਾ, ਪਾਪਾ ਕਹਿੰਦੇ ਮੈਂ ਹੁਣੇ ਹੀ ਆਣਾ, ਮੈਨੂੰ ਫੋਨ 'ਤੇ ਹੀ ਫੇਸ ਵਿਖਾ, ਜੇ ਫੋਨ ਸਿੰਪਲ ਆ ਤਾਂ ਫੋਨ 'ਤੇ ਫੇਸ ਕਿਵੇਂ ਵੇਖ ਲੈਣਗੇ, ਦੂਜੀ ਗੱਲ ਸਿੰਪਲ ਫੋਨ 'ਤੇ ਦੁਬਈ 'ਚ ਕਾਲਿੰਗ,
ਓ ਮਾਈ ਗੋਡ ਕੀ ਚੱਲੀ ਜਾਂਦਾ ਏ ਜਦੋਂ ਮਤਲਬ ਕਿ ਨੈੱਟ ਕਾਲਿੰਗ ਕਰਦੇ ਆ ਮਤਲਬ ਕਿ ਰੂਮ 'ਚ ਆ ਕੇ ਉੱਥੇ ਮਤਲਬ ਕਿ ਦੂਜਾ ਫੋਨ ਟੱਚ ਵਾਲਾ ਪਾਪਾ ਨੂੰ ਇੰਨਾ ਚਲਾਉਣਾ ਨਹੀਂ ਆਉਂਦਾ ਅਤੇ ਫਟਾਫਟ ਉਹਨਾਂ ਨੇ ਫੋਨ ਕੀਤਾ ਜੇ ਚਲਾਉਣਾ ਨਹੀਂ ਆਉਂਦਾ ਤਾਂ ਪਾਪਾ ਫਿਰ ਵੀਡੀਓ ਕਾਲ 'ਤੇ ਕਿਵੇਂ ਵੇਖ ਲੈਣਗੇ ਦੱਸ ਪਾਪਾ ਇੰਨਾ ਚਿਰ ਹੋ ਗਿਆ ਦੁਬਈ ਜਾਂਦੇ ਨੇ ਪਾਪਾ ਨੂੰ ਟੱਚ ਸਕਰੀਨ ਫੋਨ ਵੀ ਨਹੀਂ ਚਲਾਉਣਾ ਆਉਂਦਾ ਕੀ ਗੱਪ ਛੱਡੀ ਜਾਂਦਾ ਭਰਾਵਾ ਪਾਪਾ ਕੋਲ ਸਿੰਪਲ ਫੋਨ ਹੈ ਉੱਥੇ ਰੂਮ 'ਚ ਇੱਕ ਫੋਨ ਹੁੰਦਾ ਉੱਥੇ ਕਾਲਿੰਗ ਨੈੱਟ ਕਾਲਿੰਗ ਹੁੰਦੀ ਹੈ ਇਹਨੂੰ ਐਂ ਲੱਗਦਾ ਮੈਂ ਕੁਛ ਮਰਜ਼ੀ ਬੋਲ ਦੂੰਗਾ ਲੋਕ ਵਿਸ਼ਵਾਸ ਕਰ ਲੈਣਗੇ ਦੁਨੀਆਂ ਸਾਰੀ ਅਨਪੜ੍ਹ ਇਕੱਲਾ ਮੈਂ ਹੀ ਪੜ੍ਹਿਆ ਲਿਖਿਆ ਪਲਾਟਾਂ 'ਚ ਬੈਠਾ ਇਹ ਵੀ ਦੇਖਿਆ ਮੇਰੇ ਵੱਡੇ ਬ੍ਰਦਰ ਨੇ ਦੇਖਿਆ ਸਾਰਿਆਂ ਨੇ ਇੰਨੇ ਵੱਡਾ ਬ੍ਰਦਰ ਮੇਰਾ ਬਹੁਤ ਖੁਸ਼ ਆ ਉਹ ਰੋਜ਼ ਪਤਾ ਕੀ ਕਰੂਗਾ ਸਵੇਰੇ ਉਹਨੇ ਸਵੇਰੇ ਫੋਨ ਕਰਨਾ ਕੰਮ 'ਤੇ ਜਾਣ ਲੱਗੇ ਉਹਨੇ ਪਹਿਲਾਂ ਮਤਲਬ ਕਿ ਪੋਤਰਾ ਫੇਸ ਦੇਖਣਾ ਫਿਰ ਉਹਨੇ ਕੰਮ 'ਤੇ ਜਾਣਾ ਅਤੇ ਜਦੋਂ ਕੰਮ ਤੋਂ ਆਉਣਾ ਉਹਨੇ ਪਾਣੀ ਬਾਅਦ 'ਚ ਪੀਣਾ ਅਤੇ ਪਹਿਲਾਂ ਫੇਸ ਦੇਖਣਾ ਫੇਸ ਦੇਖ ਕੇ ਫਿਰ ਉਹਨੇ ਨਹਾਉਣਾ ਫਿਰ ਰੋਟੀ ਖਾਣਾ ਅੱਛਾ ਕੀ ਗੱਲ ਪਹਿਲਾਂ ਪਾਣੀ ਲਾਉਂ ਲਈ ਜਾ ਰਹੇ ਆ ਵੀਰਾ ਵੀ ਲਈ ਜਾ ਰਹੇ ਆ ਹਲੀ ਨੇ ਆਉਣਾ ਬਾਹਰੋਂ ਉਹ ਵੀ ਫੋਰਨ ਨੇ ਜਦੋਂ ਆਊਂਗਾ ਮੈਂ ਵੀਰਾ ਵੀ ਦਿਖਾਊਂਗਾ ਜਦੋਂ ਆਊਗੇ ਤਾਂ ਮੈਂ ਪਾਪਾ ਨੂੰ ਵੀ ਦਿਖਾਊਂਗਾ ਪਰ ਬਹੁਤ ਖੁਸ਼ ਹਾਂ ਅਸੀਂ ਸਾਰੇ ਜਣੇ ਇੰਨੇ ਖੁਸ਼ ਹਾਂ ਸਭ ਤੋਂ ਵੱਧ ਖੁਸ਼ ਮੇਰੇ ਪਾਪਾ ਨੇ ਚੱਲ ਫਿਰ ਜਦੋਂ ਮੈਂ ਆਈ ਸਭ ਤੋਂ ਪਹਿਲਾਂ ਮੈਨੂੰ ਆਪਣਾ ਬ੍ਰਦਰ ਮਿਲਿਆ ਮੈਨੂੰ ਪਤਾ ਕੀ ਕਹਿੰਦਾ ਮੈਨੂੰ ਕਹਿੰਦਾ ਹਏ ਤੇਰੇ ਤਾਂ ਬਹੁਤ ਸੋਹਣੀ ਹੋ ਅੱਛਾ ਸਿਮਾ ਇਜ਼ ਬੈਕ ਹਾਂ ਕੀ ਕਹਿੰਦਾ ਕਿੰਦਾ ਪ੍ਰੀਤ ਮੈਂ ਕਿਹਾ ਹਾਂ ਮੈਂ ਮਤਲਬ ਮੈਂ ਨਸ਼ੇ 'ਚ ਸੀ ਉਸ ਟਾਈਮ ਮੈਨੂੰ ਉਹਨਾਂ ਨੇ ਦਿੱਤੀ ਹੋਈ ਸੀ ਡੋਜ਼ ਹੈ ਨਾ ਕਿਉਂਕਿ ਕਿਡਨੀ ਅੰਦਰ ਪੋਟੀ ਕਰ ਰਹੀ ਸੀਗੀ ਜੇ ਸ਼ਾਇਦ ਅਸੀਂ ਨਾ ਕਰਵਾਉਂਦੇ ਤਾਂ ਇਨਫੈਕਸ਼ਨ ਹੋ ਜਾਣਾ ਸੀ ਉਹਨੂੰ ਮੈਂ ਵਧੀਆ ਡਿਸੀਜਨ ਲਿੱਤਾ ਆਪਣੇ ਵੱਲੋਂ ਤੇ ਨਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਪ੍ਰੀਤ ਮੈਂ ਕਿਹਾ ਹਾਂ ਹਾਂ ਕਹਿੰਦਾ ਤੈਨੂੰ ਨਾ ਬੇਬੀ ਗਰਲ ਹੋਈ ਹੈ ਮੈਂ ਕਿਹਾ ਅੱਛਾ ਕਹਿੰਦਾ ਇੰਨੀ ਸੋਹਣੀ ਇੰਨੀ ਸੋਹਣੀ ਇੰਨੀ ਤੇਜ਼ ਹੈ ਨਾ ਉਹ ਕਹਿੰਦਾ ਇੰਨੀ ਸੋਹਣੀ ਇੰਨੀ ਸੋਹਣੀ ਇੰਨੀ ਤੇਜ਼ ਨਾ ਤੇਜ਼ ਨੂੰ ਕੀ ਉਹ ਭੱਜੀ ਜਾਂਦੀ ਓਲੰਪਿਕ 'ਚ ਹੁਣ ਤਾਂ ਜੰਮੀ ਆ ਹਜੇ ਉਹਨੂੰ ਐਵੇਂ ਪਤਾ ਲੱਗ ਗਿਆ ਵੀ ਇੰਨੀ ਤੇਜ਼ ਇਹ ਆਓ ਗਿੱਧਾ ਪਾ ਲਈਏ ਕੀ ਕਰਦੀ ਸੀਗੀ ਜਦੋਂ ਹੋਈ ਸੀਗੀ ਉਹਦੇ ਗੋਰੇ ਗੋਰੇ ਹੱਥ ਪੈਰ ਇੰਨੀ ਸੋਹਣੀ ਇੰਨੀ ਸੋਹਣੀ ਹੈ ਬਸ ਬਾਰ ਬਾਰ ਇੱਦਾਂ ਇੱਦਾਂ ਹੀ ਕਰੀ ਜਾਵੇ ਉਹ ਵੀ ਰਾਣ ਹੋ ਜਾਂਦਾ ਉਹਨੂੰ ਵੀ ਨਹੀਂ ਪਤਾ ਮੈਨੂੰ ਆਪਣੇ ਹੱਥ 'ਚ ਨਹੀਂ ਦਿੱਤਾ ਬਾਰ ਬਾਰ ਇੱਕੋ ਹੀ ਗੱਲ ਕਹੀ ਜਾਵੇ ਕਹਿੰਦਾ ਬੜੀ ਸੋਹਣੀ ਹੈ ਬੜੀ ਤੇਜ਼ ਹੈ ਕਹਿੰਦਾ ਮੈਂ ਦਿਖਾਵਾਂ ਤੈਨੂੰ ਮੈਂ ਕਿਹਾ ਹਾਂ ਲੈ ਕੇ ਆ ਫਿਰ ਮੇਰੇ ਕੋਲ ਲੈ ਕੇ ਆਇਆ ਫਿਰ ਮੈਨੂੰ ਦਿਖਾਇਆ ਕਿ ਮੈਂ ਕਿਹਾ ਹਾਂ ਬੜੀ ਸੋਹਣੀ ਖੁਸ਼ੀ ਹੁੰਦੀ ਹੈ ਯਾਰ ਹਰ ਇੱਕ ਨੂੰ ਖੁਸ਼ੀ ਹੁੰਦੀ ਹੈ ਇਹ ਵੀ ਪਤਾ ਕਿੱਦਾਂ ਛੋਟੇ ਬੱਚੇ ਅੱਖਾਂ ਨਹੀਂ ਨਾ ਖੋਲਦੇ ਜਲਦੀ ਸੋ ਘੱਟ ਖੋਲਦੇ ਸੁੱਤੇ ਰਹਿੰਦੇ ਆ ਕਰੇ ਹਰੇਕ ਨੂੰ ਕੋਈ ਨਾ ਕੋਈ ਪਤਾ ਨਹੀਂ ਮੈਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਨਹੀਂ ਵੈਸੇ ਅੱਜ ਕੱਲ੍ਹ ਤਾਂ ਬਹੁਤ ਜਵਾਕ ਮਤਲਬ ਤਿਆਰੀਆਂ ਨਾਲ ਹੁੰਦੇ ਹਨ ਜਿਵੇਂ ਆ ਲੱਗੀਆਂ ਕਈ ਨੈੱਟ 'ਤੇ ਵੀਡੀਓ ਪਾਉਣ ਬੇਬੀ ਪਲੈਨਿੰਗ ਤੋਂ ਲੈ ਕੇ ਬੇਬੀ ਹੋਣ ਤੱਕ ਬੇਬੀ ਦਾ ਵਾਸ਼ ਬੇਬੀ ਨੂੰ 1 ਮੰਥ ਹੋ ਗਿਆ ਬੇਬੀ ਨੂੰ 4 ਦਿਨ ਹੋ ਗਏ ਬੇਬੀਆਂ ਦੇ ਫੋਟੋ ਸ਼ੂਟ ਵੀ ਹਸਪਤਾਲਾਂ 'ਚ ਹੀ ਕਰਾ ਲੈਂਦੀ ਬਥੇਰੀ ਜਨਤਾ ਇਹੋ ਜਿਹੀ ਅੱਜ ਕੱਲ੍ਹ ਟ੍ਰੈਂਡ ਚੱਲ ਪਏ ਇਹ ਜਵਾਕ ਜੰਮਣਾ ਮੈਟਰ ਨਹੀਂ ਕਰਦਾ ਕੰਟੈਂਟ ਕੱਢਣਾ ਮੈਟਰ ਕਰਦਾ ਇਹਨਾਂ ਲਈ ਜਦੋਂ ਮੈਂ ਹੋਇਆ ਸੀਗਾ ਉਦੋਂ ਨਹੀਂ ਇੰਨਾ ਸੀਗਾ ਹੈ ਨਾ ਉਦੋਂ ਘਰ ਹੀ ਜਵਾਕ ਹੋ ਜਾਂਦੇ ਸੀ ਹਸਪਤਾਲਾਂ 'ਚ ਵੀ ਨਹੀਂ ਹੁੰਦੇ ਸੀਗੇ ਅਤੇ ਹਰੇਕ ਨੂੰ ਕੋਈ ਨਾ ਕੋਈ ਗੁੜਤੀ ਦਿੰਦਾ ਹੈ ਨਾ ਕੋਈ ਰਿਸ਼ਤੇਦਾਰ ਦਿੰਦਾ ਕੋਈ ਕਿਵੇਂ ਦਿੰਦਾ ਮੈਨੂੰ ਗੁੜਤੀ ਕਿਹਨੇ ਦਿੱਤੀ ਹੋ ਸਕਦੀ ਮੈਨੂੰ ਗੁੜਤੀ ਦਿੱਤੀ ਸੀ ਕਿਸੇ ਨਰਸ ਨੇ ਦਾਈ ਜਿਹਨੂੰ ਕਹਿੰਦੇ ਹੁੰਦੇ ਸੀ ਹੈ ਨਾ ਦਾਈ ਕਹਿੰਦੇ ਸੀ ਪਤਾ ਨਹੀਂ ਕੀ ਕਹਿੰਦੇ ਹੁੰਦੇ ਸੀ ਉਹਨੇ ਦਿੱਤੀ ਸੀ ਮੈਨੂੰ ਪਤਾ ਨਹੀਂ ਹੁਣ ਕੌਣ ਸੀ ਵਿਚਾਰੀ ਉਹ ਜਦੋਂ ਮੈਂ ਪਤਾ ਕੀਤਾ ਮੈਂ ਹਾਂ ਵੇਖਾਂ ਸਰੀ ਉਹਨੇ ਟੱਬਰ 'ਚ ਕੌਣ ਆ ਕਿੱਧਰ ਨੂੰ ਜਾਊਂਗਾ ਮੈਂ ਹੁੰਦਾ ਫਰਕ ਗੁੜਤੀ ਨਾਲ ਵੀ ਮਰ ਗਈ ਵਿਚਾਰੀ ਪਤਾ ਨਹੀਂ ਕਿੱਥੇ ਮੰਮਾ ਨੂੰ ਬੇਬੀ ਫੜਾਇਆ ਨਾ ਮੇਰੇ ਮੰਮਾ ਨੂੰ ਕਹਿੰਦੇ ਤੁਹਾਡੀ ਮਤਲਬ ਕਿ ਬੇਬੀ ਦਾ ਬਹੁਤ ਚੂਸਤਾ ਕਿਸੇ ਦਾ ਬੇਬੀ ਉਦੋਂ ਨਹੀਂ ਹੁੰਦਾ ਸੀ ਇਹ ਚੀਜ਼ਾਂ ਦਾ ਇੰਨਾ ਟ੍ਰੈਂਡ ਨਹੀਂ ਹੁੰਦਾ ਸੀ ਗੁੜਤੀ ਦੇਤੀ ਜਾਂ ਜਵਾਕ ਹੋ ਗਿਆ ਪਹਿਲੀ ਵਾਰੀ ਕੌਣ ਚੱਕੂਗਾ ਕੀ ਨਾਂ ਰੱਖਾਂਗੇ ਐਵੇਂ ਕੋਈ ਚੱਕਰ ਨਹੀਂ ਮੇਰਾ ਘਰਦਿਆਂ ਨਾਂ ਵੀ ਉੱਧੇ ਰੱਖਤਾ ਸੀਗਾ ਆਹ ਕੰਪਿਊਟਰ ਝਾਕਰੀਆ ਸਾਰਿਆਂ ਵਾਲੇ ਮੈਂ ਕਿਹਾ ਅੱਛਾ ਮੰਮੀ ਹੱਸਣ ਲੱਗ ਗਏ ਫਿਰ ਮੰਮੀ ਨੇ ਘੋਟਣਾ ਗੱਲ ਨਾਲ ਲਾਇਆ ਫਿਰ ਸਾਰਿਆਂ ਨੇ ਦੇਖਿਆ ਫਿਰ ਇਹਦੀ ਮੰਮਾ ਨੇ ਘੋਟਣਾ ਸਾਰੇ ਲੋਕ ਦੇਖਿਓ ਸਾਰੇ ਪਿੱਛੇ ਜਾ ਕੇ ਬੇਬੀ ਵਾਲੇ
ਤੇ ਫਿਰ ਫੇਸ ਰਿਵੀਲ ਰਿਵੀਲ ਦਾ ਵੀ ਮੈਂ ਵਲੌਗ ਸਾਰੇ ਵਲੌਗ ਪਾਏ ਆ ਫੇਸ ਰਿਵੀਲ ਜਵਾਕ ਵਾਲਾ ਵੀ ਟ੍ਰੈਂਡ ਆਉਂਦਾ ਹਨਾ ਉਹ ਜਿਹੜੀ ਪਿੱਛੇ ਹੈਗੀ ਆ ਇੱਕ ਜਿਹਦਾ ਮੈਂ ਰੋਮਾਂਚਕ ਵੀ ਬਣਾਇਆ ਸੀ ਲਵ ਨਿਮਲ ਵਲੌਗਸ ਉਹਦੇ ਕੋਲ ਜਵਾਕ ਹੋਇਆ ਉਹਦੇ ਵਲੌਗ ਚੱਲੇ ਉਹ ਤੋਂ ਬਾਅਦ ਫਿਰ ਨਹੀਂ ਚੱਲੇ ਵਲੌਗ ਟ੍ਰੈਂਡ ਆਇਆ ਸੀ ਘਰੇ ਕੰਟੈਂਟ ਆਇਆ ਸੀ ਉਹ ਜਵਾਕ ਦੇ ਵਲੌਗ ਪਾਈ ਗਏ ਬਾਅਦ 'ਚੋਂ ਕਹਿੰਦੇ ਫੇਸ ਰਿਵੀਲ ਵਿਖਾਉਂਦੇ ਆ ਉਦੋਂ ਵਿਊ ਆ ਜਾਂਦੇ ਆ ਵਲੌਗਾਂ ਦੇ ਬਾਅਦ 'ਚੋਂ ਫਿਰ ਨਹੀਂ ਚੱਲਦੇ ਲੋਕਾਂ ਨੇ ਨਾ ਇਹ ਚੀਜ਼ ਨੂੰ ਟ੍ਰੈਂਡ ਬਣਾ ਰੱਖਿਆ ਨਹੀਂ ਨਹੀਂ ਅਸੀਂ ਤਾਂ ਵਿਊ ਖਾਵਾਂਗੇ ਆ ਗਿਆ ਸਾਡੇ ਘਰੇ ਇਹ ਲਾ ਸਾਡਾ ਚੈਨਲ ਤੁਰੇਗਾ ਹੁਣ ਨਹੀਂ ਰਿਹਾ ਚੁੱਕਿਆ ਵਾ ਬਹੁਤ ਸਾਨੂੰ ਖੁਸ਼ੀ ਆ ਵੀ ਸਾਡੇ ਇਹ ਇੱਦਾਂ ਸਾਡੀ ਬੇਬੀ ਪਲੈਨਿੰਗ ਹੋਈ ਸੀ ਇੱਦਾਂ ਸਭ ਕੁਝ ਹੋਇਆ ਸੀ ਤੁਸੀਂ ਗਲਤ ਕਮੈਂਟ ਨਾ ਕਰਿਆ ਕਰੋ ਅਸੀਂ ਬਲਕਿ ਖੁਸ਼ ਹਾਂ ਕਿ ਬਾਬਾ ਜੀ ਨੇ ਸਾਨੂੰ ਬੜੀ ਜਲਦੀ ਜਲਦੀ ਖੁਸ਼ੀਆਂ ਦੇ ਦਿੱਤੀਆਂ ਇਹ ਪਲੈਨਿੰਗ ਸੀਗੀ ਪਤਾ ਹੀ ਅੱਜ ਕੱਲ ਦਾ ਦੌਰ ਕਿਵੇਂ ਚੱਲ ਰਿਹਾ ਇਸ ਕਰਕੇ ਮਤਲਬ ਬੇਬੀ ਨੂੰ ਆਪਣੇ ਨਾਲ ਰੱਖ ਲਿਆ ਕਿਉਂਕਿ ਪਤਾ ਕੀ ਗੱਲ ਹੈ ਕਿਉਂਕਿ ਮਾਂ ਬਣਨਾ ਇੱਕ ਕੁੜੀ ਲਈ ਨਾ ਮਤਲਬ ਇੰਨੀ ਵਧੀਆ ਫੀਲਿੰਗ ਹੁੰਦੀ ਹੈ ਨਾ ਜੀ ਜੇ ਅਸੀਂ ਮਤਲਬ ਵੋਟ ਕਰਦੀਏ ਤਾਂ ਵੀ ਤੁਸੀਂ ਬੋਲਣਾ ਹੈ ਇਹ ਹੈ ਉਹ ਹੈ ਮਤਲਬ ਉਹ ਭਰਾਵਾ 2020 ਤੋਂ ਨਹੀਂ ਜੀਂਦੇ ਜੀਂਦੇ ਤੁਸੀਂ ਯਾਰ ਤੁਸੀਂ ਬਹੁਤ ਖਰਾਬ ਹੋ ਲੋਕੋ ਲੋਕੀ ਜੀਣ ਨਹੀਂ ਦਿੰਦੇ ਯਾਰ ਕੀ ਤੇਰੇ ਰੂਹ ਫਸਾ ਦਿੰਦੇ ਤੇਰੇ ਮੂੰਹ 'ਚ ਕਿਉਂ ਨਹੀਂ ਜੀਣ ਦਿੰਦੇ ਤੈਨੂੰ ਲੋਕੀ ਜੀਣ ਨਹੀਂ ਦਿੰਦੇ ਜੇ ਰੱਖੀਏ ਤਾਂ ਵੀ ਤੁਸੀਂ ਕਹਿਣਾ ਤੁਸੀਂ ਛੋਟੇ ਆ ਤੁਸੀਂ ਪੜ੍ਹਾਈ ਨਹੀਂ ਕੀਤੀ ਤੇ ਕੋਈ ਫਾਇਦਾ ਨਹੀਂ ਹੈ ਮੈਂ ਹੁਣ ਲੋਕਾਂ ਦੀ ਸੁਣਦੀ ਨਹੀਂ ਆ ਜਿਹੜੇ ਮਤਲਬ ਗਲਤ ਕਮੈਂਟ ਕਰਦੇ ਮੈਂ ਇਗਨੋਰ ਹੀ ਕਰਦੀ ਹਾਂ ਅੱਛਾ ਕਿਉਂਕਿ ਤੁਹਾਨੂੰ ਪਤਾ ਹੀ ਆ ਨਾਈਸ ਦੁਨੀਆ ਪਰ ਮੈਂ ਬਹੁਤ ਰੋਈ ਸੀ ਇੱਧਰ ਦੀ ਨਾ ਇੱਧਰ ਦੀ ਕਿਉਂਕਿ ਮੈਂ 2 ਦਿਨ ਕਿਟਲੀ ਨੂੰ ਉਠਾਇਆ ਨਹੀਂ ਸੀਗਾ ਮੈਨੂੰ ਸਟਿਚਸ ਲੱਗੇ ਸੀ ਚੱਕੇ ਨਾ ਬੋਲੋ ਨਾ ਕੋਈ ਨਹੀਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਟਿਚਸ ਲੱਗਦੇ ਹੁੰਦੇ ਫਿਰ ਡਾਕਟਰ ਕਹਿੰਦੇ ਨਾਲੀ ਦੂਰ ਰੱਖੋ ਕਿਉਂਕਿ ਇਹਦੇ ਦਵਾਈਆਂ ਦਵਾਈਆਂ ਨੂੰ ਇੰਜੈਕਸ਼ਨ ਸਟਿਚਸ ਲੱਗਦੇ ਸੀ ਤਾਂ ਕਰਕੇ ਤੇ ਸੋ ਫਾਈਨਲੀ ਆ ਸੀ ਸਾਡੀ ਬੇਬੀ ਪਲੈਨਿੰਗ ਤੇ ਦੱਸੋ ਸਾਡਾ ਵਲੌਗ ਕਿਵੇਂ ਦਾ ਲੱਗਾ ਜੇ ਵਧੀਆ ਲੱਗਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਅੰਨੀ ਦੇ ਪਲੈਨਿੰਗ ਨਹੀਂ ਸਰਪ੍ਰਾਈਜ਼ ਸੀਗਾ ਤੁਹਾਨੂੰ ਤਾਂ ਆਪ ਨੂੰ ਨਹੀਂ ਪਤਾ ਸਾਡੇ ਜਵਾਕ ਹੋਣ ਵਾਲਾ ਇਹ ਕਿਹੜੀ ਪਲੈਨਿੰਗ ਹੋਈ ਬੇਬੀ ਪਲੈਨਿੰਗ ਇੰਸਟਾਗ੍ਰਾਮ ਤੇ ਫੋਟੋ ਅੱਗੇ ਤੁਸੀਂ ਦੇਖ ਲਿਓ ਕਿ ਕਿਰਤਲੀਨ ਜਦੋਂ ਆ ਗਈ ਸੀਗੀ ਹੋਣ ਵਾਲੀ ਸੀ ਸੀ ਸੈਕਸ਼ਨ ਹੋ ਰਿਹਾ ਸੀਗਾ ਕੀ ਸੀਗਾ ਕਿਸ ਦਾ ਸੀਗਾ ਸਾਰੀ ਵੀਡੀਓਜ਼ ਪਿੱਛੇ ਜਾ ਕੇ ਦੇਖ ਸਕਦੇ ਹੋ ਤੇ ਪਲੀਜ਼ ਹੁਣ ਸਾਨੂੰ ਸਪੋਰਟ ਕਰਿਆ ਕਰੋ ਪਲੀਜ਼ ਸੀ ਸੈਕਸ਼ਨ ਹੁੰਦਾ ਪਿਆ ਉਹਦੀ ਵੀਡੀਓ ਵੀ ਪਾਤੀ ਕੀ ਬੋਲੀ ਇੰਨੀ ਮੂੰਹ ਚੋਂ ਦੱਸ ਲੈ ਪਤਾ ਨਹੀਂ 2011 'ਚ ਦੁਨੀਆ ਤਬਾਹ ਹੋਣੀ ਸੀ ਕਿ ਨਹੀਂ ਹੋਣੀ ਸੀ ਪਰ ਲੋਕਡਾਊਨ ਤੋਂ ਬਾਅਦ ਸੱਚੀ ਸੋਸ਼ਲ ਮੀਡੀਆ ਨੇ ਤਬਾਹ ਕਰਤੀ ਅੱਗੇ ਕਹਿੰਦੇ 2011 'ਚ ਭੁਚਾਲ ਆ ਜਾਣਾ ਉਹ ਨਹੀਂ ਆਇਆ ਗਾ ਪਰ 2020 'ਚ ਜਦੋਂ ਕਰੋਨਾ ਆਇਆ ਨਾ ਕਰੋਨਾ ਅੱਧਿਆਂ ਨੂੰ ਚੜ੍ਹਾ ਗਿਆ ਮੋਸਟਲੀ ਤਾਂ ਡੋਬ ਕੇ ਗਿਆ ਇੱਕ ਕੋਵਿਸ਼ੀਲਡ ਲੈ ਕੇ ਬਹਿ ਗਈ ਚਲੋ ਬੋਝ ਪਾਇਆ ਦਿਮਾਗ ਤੇ ਸਾਰਿਆਂ ਨੇ ਤੁਸੀਂ ਜ਼ਿਆਦਾ ਸਪੋਰਟ ਨਹੀਂ ਕਰ ਰਹੇ ਪਲੀਜ਼ ਤੁਸੀਂ ਸਪੋਰਟ ਕਰੋ ਅਸੀਂ ਤੁਹਾਡੀ ਸਾਰੀਆਂ ਗੱਲਾਂ ਮੰਨਦੇ ਆ ਤਾਂ ਤੁਸੀਂ ਵੀ ਸਾਡੀ ਗੱਲ ਨੂੰ ਮੰਨਿਆ ਸਪੋਰਟ ਨੂੰ ਤੇਰਾ ਜਵਾਕ ਗੋਦੀ ਚੱਕਣ ਇਹੋ ਜਿਹੇ ਲੱਛਣ ਖਿਲਾਰਾਂ ਨੂੰ ਸਪੋਰਟ ਕਰਨਾ ਆਖਦੇ ਆ ਲੋਕ ਤਾਂ ਸਵਾਦ ਲੈਣ ਨੂੰ ਵੇਖਦੇ ਆ ਜਿਵੇਂ ਅਸੀਂ ਵੇਖਦੇ ਆ ਇਹ ਕਿੱਟ ਨੂੰ ਗੁੜਤੀ ਕਿਹਨੇ ਦਿੱਤੀ ਫਿਰ ਤੁਸੀਂ ਵੀ ਸਾਡੀ ਗੱਲ ਨੂੰ ਮੰਨਿਆ ਕਰੋ ਤੁਸੀਂ ਕਿਉਂ ਮੰਨੀ ਆ ਤੂੰ ਤਾਂ ਤੱਕ ਸਾਡੀ ਮੰਨੀ ਨਹੀਂ ਕੋਈ ਕਰੋ ਹੁਣ ਥੋੜੀ ਜਿਹੀ ਕਿਤਰੀਨ ਵੱਡੀ ਹੋ ਜੇ ਤਾਂ ਆਪਾਂ ਬਾਹਰ ਮਤਲਬ ਟੂਰ ਵਗੈਰਾ ਵੀ ਜਾਇਆ ਕਰਾਂਗੇ ਉਹ ਠੀਕ ਹੈ ਹੁਣ ਸਾਡੀ ਪਲੈਨ ਟੂਰ ਕਿੱਥੇ ਜਾਇਆ ਕਰੋਗੇ ਹਜੇ ਤੱਕ ਤਾਂ ਗਏ ਨਹੀਂ 4 ਸਾਲਾਂ ਚ ਤੁਹਾਡੇ ਕਹੇ ਤੇ ਇਸ ਚੈਨਲ ਸ਼ੁਰੂ ਹੋਇਆ ਸੀ ਤੇ ਤੁਹਾਡੇ ਕਹੇ ਤੇ ਚੱਲ ਰਿਹਾ ਹੈ ਪਲੀਜ਼ ਸਪੋਰਟ ਕਰੋ ਹੁਣ ਤੇ ਵਾ ਤੋ ਇੰਸਟਾਗ੍ਰam ਤੇ ਮੈਨੂੰ ਫੋਲੋ ਕਰੋ ਇਹਦੀ ਆਈਡੀ ਕੀ ipri.santhu ਤੇ ਮੇਰੀ ਹੈਗੀ ਗੁਲਾਬ ਬਾਵਾ ਤੇ ਵਾ ਤੋ ਵਾ ਪਿਆਰ ਦੋ ਤੇ ਜੋ ਸਾਡੇ ਕੋਲ ਗਲਤੀ ਹੋਵੇ ਸਾਂਸੀ ਮਾਫੀ ਮੰਗਦੇ ਆ ਚੱਲ ਤੇ ਫਿਰ ਤਾਂ ਤੜਕੇ ਉੱਠ ਕੇ ਰੋਜ਼ ਹੀ ਮੰਗ ਲਿਆ ਕਰ ਕਿਉਂਕਿ 2020 ਤੋਂ ਲੈ ਕੇ 24 ਤੱਕ ਹੁਣ ਤੱਕ ਤੂੰ ਗਲਤੀਆਂ ਕੀਤੀਆਂ ਕਹਿੰਦਾ 2 ਸਾਲ ਹੋ ਗਏ ਹੁਣ ਮੈਂ ਸੁਧਰੂੰਗਾ ਨਹੀਂ ਹੁਣ ਮੈਂ ਵਧੀਆ ਵਲੌਗ ਪਾਇਆ ਕਰੂੰਗਾ ਹੁਣ ਮੈਂ ਸਭ ਬਾਕੀ ਵਧੀਆ ਕਰੂੰਗਾ ਬਹੁਤ ਦਿਮਾਗੀ ਇਹ ਟੂ ਮੱਚ ਬਿਗ ਮਾਈਂਡਡ ਪਰ ਇਹਨੂੰ ਪਤਾ ਨਹੀਂ ਨਾ ਤੇ ਵੱਧ ਤੋਂ ਵੱਧ ਕਰੋ ਯਾਰ ਸਪੋਰਟ ਜੇ ਹੁੰਦਾ ਜਿੰਨੀ ਹੋ ਸਕਦੀ ਹੁਣ ਬਸ ਇਹੀ ਮੈਸੇਜ ਹੈ ਕਹਿੰਦੇ ਆ ਨਾ ਕਿ ਕੁਝ ਵਧੀਆ ਮੈਸੇਜ ਨਹੀਂ ਦਿੰਦੇ ਮੈਸੇਜ ਇਹੀ ਦੇ ਰਹੇ ਆ ਅੱਛਾ ਵਧੀਆ ਦਿਓ ਪਲੀਜ਼
ਅਬੋਰਸ਼ਨ ਜਾਂ ਫਿਰ ਪਿਲਸ ਨਾ ਖਾਇਆ ਕਰੋ, ਬੇਬੀਜ਼ ਨੂੰ ਨਾ ਮਾਰ। ਤੂੰ ਖਾਧੀ ਸੀ? ਨਹੀਂ ਮਤਲਬ ਉਹ ਵੀ ਜੀ ਗੱਲ ਹੈ ਨਾ, ਹੁਣ ਮੈਂ ਜਿੰਨੀਆਂ ਗੱਲਾਂ ਕਰਦਾ ਜਾਂ ਜਾਂ ਮੈਂ ਜੋ ਗੱਲਾਂ ਕਰਦਾ ਜਾਂ ਕਿਸੇ ਪਾਸਿਓਂ ਸੁਣੀਆਂ, ਮਤਲਬ ਵੀ ਜਾਂ ਕਿਸੇ ਦੇ ਆਪਦੇ ਆਸੇ ਪਾਸਿਓਂ ਸੁਣੀਆਂ ਜਾਂ ਕੋਈ ਆਪਦੀ ਜ਼ਿੰਦਗੀ ਦਾ ਪਰਸਨਲ ਐਕਸਪੀਰੀਅੰਸ ਆ, ਹੁਣ ਮੈਂ ਕਿਵੇਂ ਕਹਿ ਦੂੰਗਾ ਵੀ ਅਬੋਰਸ਼ਨ ਨਾ ਕਰਾਇਆ ਕਰੋ? ਉਹ ਵੀ ਜੀ ਗੱਲ, ਮੈਂ ਮੁੰਡਾ, ਮੈਨੂੰ ਨਹੀਂ ਪਤਾ ਚੀਜ਼ਾਂ ਦਾ, ਉਹ ਵੱਖਰੀ ਗੱਲ ਆ, ਸੁਣੀ ਸੁਣਾਈ ਹੈ ਚੱਲ ਚੀਜ਼ ਬਾਕੀ ਗਲਤ ਆ ਉਹ, ਪਰ ਇਹ ਚੀਜ਼ ਤੂੰ ਕਰਾਇਆ ਸੀ ਕਿ ਨਹੀਂ ਕਰਾਇਆ? ਪਤਾ ਨਹੀਂ, ਮਾਰਿਆ ਕਰੋ। ਇਹ ਬਾਬਾ ਜੀ ਦੀ ਦੇਣ ਹੈ ਤੇ ਇਹ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ, ਕਈਆਂ ਨੂੰ ਨਹੀਂ ਨਸੀਬ ਹੁੰਦੀ ਹੈ, ਸਾਰੀ ਲਾਈਫ ਲੰਘ ਜਾਂਦੀ ਹੈ। ਸਾਰੇ ਜਿਹੜਾ ਬਲੌਗ ਆ ਉਹ ਨਾ 9 ਮੰਥ ਪ੍ਰੈਗਨੈਂਸੀ, ਜਵਾਕ ਵੀ ਹੋ ਗਿਆ, ਵਿਆਹ ਵੀ ਹੋ ਗਿਆ, ਸ਼ਿਵਾਨੀ ਆਈ ਨਹੀਂ ਕਿਤੇ। ਦੱਸ ਹੁਣ ਇਹਨੇ ਆਹ ਸਟੋਰੀ ਸੁਣਾਤੀ ਐਡੀ, ਪਾਪਾ ਖੁਸ਼ ਆ ਪਰ ਮੰਮੀ ਦਾ ਕੋਈ ਜ਼ਿਕਰ ਨਹੀਂ, ਭਰਾਵਾ ਮੰਮੀ ਵੀ ਨਾ ਇੱਕ ਤਾਂ। ਇਹਦੀ ਦੱਸਾਂਗੇ ਇਹਦੀ ਸਿਚੁਏਸ਼ਨ ਕੀ ਸੀ, ਇਹਨੇ ਕਿੱਦਾਂ ਕਿੱਦਾਂ, ਕਹਿੰਦੇ ਨਾ ਜਿਹਨੇ ਔਖਾ ਟਾਈਮ ਕੱਢਿਆ ਹੁੰਦਾ ਨਾ ਉਹਨੂੰ ਦਰਦ ਦਾ ਪਤਾ ਹੁੰਦਾ। ਸੋ ਪਲੀਜ਼ ਇੱਦਾਂ ਨਾ ਕਮੈਂਟ ਕਰਿਆ ਕਰੋ ਯਾਰ। ਤੂੰ ਹੁਣ ਲੱਛਣ ਖਲਾਰੀ ਨਾ, 24 ਤੱਕ ਤੇਰੇ ਹਜੇ ਤਾਈਂ ਪੀੜ ਨਹੀਂ ਹੋਈਗੀ, ਔਖਾ ਟਾਈਮ ਕੱਢਿਆ ਹੁੰਦਾ। ਹੁਣ ਕਹਿੰਦਾ ਅਸੀਂ ਦੱਸਾਂਗੇ ਪ੍ਰੈਗਨੈਂਸੀ, ਓਏ ਛੀ ਹੈ ਜਿਹੜੇ ਜਵਾਕਾਂ ਨੂੰ ਕੰਟੈਂਟ ਬਣਾ ਕੇ ਆਪਦੇ ਚੈਨਲ ਚਲਾਉਂਦੇ ਆ ਅਤੇ ਜਿਹੜੇ ਪ੍ਰੈਗਨੈਂਸੀਆਂ ਦੇ ਸਾਰੇ ਵਲੌਗ ਪਾਉਂਦੇ ਆ, ਕੀ ਕਰ ਲਉਂਗੇ ਜ਼ਿੰਦਗੀ 'ਚ? ਦੱਸ ਉਹੀ ਗੱਲ ਆ, ਬਸ ਆਪਰੇਸ਼ਨ ਹੀ ਰਹਿ ਜਾਂਦੇ ਵਿਖਾਉਣੇ, ਬਾਕੀ ਸਭ ਕੁਛ ਹੀ। ਅਸੀਂ ਕਿਹੜਾ ਬੋਲ ਤੇ ਯਾਰ, ਮੈਂ ਵੀ ਛੋਟੀ ਆ ਹਲੇ, ਇੰਨੀ ਤੁਸੀਂ ਸਾਰੇ ਕਹਿੰਦੇ ਹੋ ਕਿ ਮਤਲਬ ਇੰਨੀ ਛੋਟੀ ਏਜ ਕਰ ਲਿਆ, ਜੇ ਤੁਸੀਂ ਇਹ ਸਮਝਦੇ ਹੋ ਕਿ ਮੈਂ ਛੋਟੀ ਏਜ ਕੀਤਾ ਤਾਂ ਤੁਸੀਂ ਕਹਿੰਦੇ ਹੋ ਕਿ ਤੂੰ ਖੁਸ਼ ਨਹੀਂ ਸੀਗੀ ਤਾਂ ਕਰਕੇ ਮਤਲਬ ਤੂੰ ਮਤਲਬ ਮੂੰਹ ਬਣਾਇਆ ਹੋਇਆ ਸੀ ਕਿ ਤੇਰੇ ਕੁੜੀ ਹੋਈ ਤਾਂ ਤੂੰ ਖੁਸ਼ ਨਹੀਂ ਸੀ, ਤੇ ਗੱਲ ਇਹ ਨਹੀਂ ਸੀਗੀ, ਗੱਲ ਇਹ ਸੀਗੀ ਕਿ ਮੇਰੇ ਪਾਪਾ ਨਹੀਂ ਹੈਗੇ। ਮੈਂ ਪਹਿਲਾਂ ਤਾਂ ਇਹੀ ਸੀਗਾ ਕਿ ਮੇਰੇ ਜਦੋਂ ਡੈਡੀ ਨਹੀਂ ਹੈਗੇ ਤਾਂ ਫਿਰ ਮੇਰੇ ਮੰਮਾ ਨੂੰ ਮੈਂ ਬਾਰ ਬਾਰ ਇੱਦਾਂ ਕਹੂੰ, ਮੈਨੂੰ ਪੇਨ ਤਾਂ ਬਹੁਤ ਸੀਗਾ ਤੇ ਸਾਹਮਣੇ ਵਾਲੇ ਜਿਹੜੇ ਬੈੱਡ ਤੇ ਬੈਠੇ ਸੀਗੇ ਨਾ ਜਿਨ੍ਹਾਂ ਦੇ ਓਪਰੇਟ ਵਗੈਰਾ ਸੀ ਸੈਕਸ਼ਨ ਹੋਏ ਹੋਏ ਸੀਗੇ ਜਾਂ ਫਿਰ ਸਰਜਰੀਆਂ, ਸਾਰੇ ਕਿੱਦਾਂ ਕਰ ਰਹੇ ਸੀਗੇ ਹਾਏ ਹਾਏ, ਮੈਂ ਕੀਤਾ ਇੱਦਾਂ? ਇੱਦਾਂ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਤੈਨੂੰ ਕੀ ਪਤਾ ਨਹੀਂ ਰਿਹਾ, ਤੂੰ ਤਾਂ ਹੈ ਹੀ ਨਹੀਂ ਸੀ ਇੱਥੇ, ਤੂੰ ਤਾਂ ਦੁਬਈ ਸੀ। ਕਮੈਂਟਾਂ 'ਚ ਦੱਸਣਾ ਕੀ ਕਹਾਣੀ ਪਈ, ਸਾਰਿਆਂ ਨੇ ਵੱਡੇ ਵੱਡੇ ਚਿੱਠੇ ਲਿਖਣੇ ਅੱਜ ਵੀ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਹੈ। ਪਾਪਾ ਵੀ ਨੀ ਸੀਗੇ ਕੋਲ ਕਿ ਉਹ ਕਿਸੇ ਨੂੰ ਦੱਸ ਸਕਣ, ਮੈਂ ਤਾਂ ਮੰਮਾ ਨੂੰ ਦੱਸ ਦੂੰਗੀ ਬਟ ਇਮੋਸ਼ਨਲ ਐਵੇਂ ਰਵਾਈਏ ਨਾ ਬੈਠਾ ਤੂੰ ਦੱਸ ਇਹ ਨਾ ਕੰਟੈਂਟ ਪ੍ਰੀਤ ਜਾ ਬਸ 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 ਚਲੋ ਵਾਹਿਗੁਰੂ 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 ਭਾਲਦਾ ਵਿਊ ਇਹ ਤੇ ਚਲੋ ਯਾਰ ਬਸ ਤੇ ਬਾਕੀ ਜੇ ਵਲੌਗ ਵਧੀਆ ਲੱਗਾ ਨਹੀਂ ਮੈਂ ਪ੍ਰੈਗਨੈਂਸੀ ਦਾ ਸਫਰ ਨਹੀਂ ਸ਼ੇਅਰ ਕਰੂੰਗੀ ਕਿਉਂਕਿ ਅੱਛਾ ਸਫਰ ਤਾਂ ਵਾਕਈ ਨਹੀਂ ਸ਼ੇਅਰ ਕਰੇਂਗੀ, ਤੁਹਾਨੂੰ ਪਤਾ ਨਹੀਂ ਪ੍ਰੈਗਨੈਂਸੀ ਸਫਰ ਇਹਨੇ ਆਪ ਸ਼ੇਅਰ ਕੀਤਾ ਸੀਗਾ ਜਦੋਂ ਇਹਦੀ ਤੇ ਪ੍ਰੀਤ ਦੀ ਲੜਾਈ ਹੋ ਗਈ ਸੀ, ਪ੍ਰੀਤ ਨੇ ਆਪਦਾ ਚੈਨਲ ਬਣਾ ਲਿਆ, ਪ੍ਰੀਤ ਨੇ ਸਾਰੇ ਚਿੱਠੇ ਖੋਲ੍ਹਤੇ, ਮੈਂ ਪ੍ਰੈਗਨੈਂਟ ਸੀਗੀ, ਮੈਂ ਕੱਪੜੇ ਸੁੱਕਣੇ ਪਾਉਣ ਜਾਣਾ ਛੱਤ 'ਤੇ, ਮੇਰੀ ਸੱਸ ਮੇਰੀ ਹੈਲਪ ਨਹੀਂ ਕਰਦੀ ਸੀ, ਮੈਂ ਸਾਹਮਣੇ ਦੀਦੀ ਨੂੰ ਬੁਲਾ ਕੇ ਲਿਆਂਦੀ ਬਲਟ 'ਚ ਕੰਦੀ ਲੈਟਰਾਂ ਪਟਰਮ ਜੇ ਵੋ, ਆਹ ਹੁੰਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਲੜਾਈਆਂ ਚੱਲ। ਪਰ ਇਹਨੇ ਤਾਂ ਸਾਰਾ ਸਫ਼ਰ ਸ਼ੇਅਰ ਕਰਤਾ ਸੀ ਉਦੋਂ ਪ੍ਰੈਗਨੈਂਸੀ ਦਾ, ਦੱਸ ਸਫ਼ਰ ਨਹੀਂ ਸ਼ੇਅਰ ਕਰੂੰਗੀ, ਸਾਲਾ ਕਮਾਲ ਦੀ ਗੱਲ ਹੈ, ਜਿਹੜਾ ਜਵਾਕ ਢਿੱਡ 'ਚ ਉਹ ਵੀ ਵੇਖ ਸੋਚਦਾ ਪਿਆ ਹੁਣ ਉਹ ਵੀ ਹਾਏ ਜਦੋਂ ਮੈਂ ਹੋ ਗਿਆ ਮੇਰਾ ਮਿਸਯੂਜ਼ ਨਾ ਹੋ ਜੇ ਕਿਤੇ, ਮੇਰੇ 'ਚ ਤਾਂ ਮੇਰੇ ਮਾਂ ਪਿਓ ਨੇ ਹੀ ਪੈਸਾ ਛਾਪ ਲੈਣ, ਕਿੱਡੇ ਸੈਲਫਿਸ਼ ਮਦਰ ਫਾਦਰ ਨੇ, ਜਵਾਕ ਜਵਾਕ ਹੋਣ ਵਾਲਾ ਉਹਦੇ 'ਤੇ ਵੀ ਵਲੌਗ ਬਣਾ ਕੇ ਉਹਨੂੰ ਵਿਊ ਛਾਪੀ ਜਾਂਦੇ, ਦੱਸ ਕੰਟੈਂਟ ਨਹੀਂ ਗਾ ਇਹ, ਜਿਹੜੇ ਆਖਦੇ ਆ ਕੰਟੈਂਟ ਇਹ ਥੂ ਇਹੋ ਜਿਹੇ ਕੰਟੈਂਟ 'ਤੇ, ਫਿਰ ਜੇ ਤਾਂ ਸਾਰੇ ਵਲੌਗ ਪਾਇਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ, ਜਦੋਂ ਵਿਆਹ ਵਾਲੇ ਹੁੰਦੇ ਉਦੋਂ ਵੀ ਵਿੱਚ ਗੈਪ ਪਾ ਦਿੰਦੇ ਆ, ਜਦੋਂ ਜਵਾਕ ਹੋਣ ਵਾਲਾ ਉਦੋਂ ਫਿਰ ਕਿਉਂ ਨਹੀਂ ਪਾਉਂਦੇ ਵਲੌਗ ਬਣਾ ਲਿਆ ਕਰੋ, ਵਲੌਗ ਉਹ ਵੀ ਡਾਕਟਰਾਂ ਕੋਲ ਜਾ ਕੇ ਡਾਕਟਰ ਨੂੰ ਪੁੱਛ ਲਿਆ ਕਰੋ, ਡਾਕਟਰ ਕੈਮਰੇ ਸੈੱਟ ਕਰਨੇ ਆ ਅਸੀਂ, ਸੋ ਇਟਸ ਅ ਨੈਚੁਰਲ ਪ੍ਰੋਸੈਸ, ਅਸੀਂ ਬਹੁਤ
ਜ਼ਰੂਰੀ ਹੈ ਸਾਡੇ ਲਈ ਵਲੌਗ ਬਣਾਉਣੇ, ਕਿਉਂਕਿ ਸਾਡੀ ਰੋਜ਼ੀ ਰੋਟੀ ਜਵਾਕ ਤੋਂ ਤੁਰਨੀ ਆ ਹੁਣ ਤਾਂ। ਪੜ੍ਹੇ ਲਿਖੇ ਲੋਕ ਵੀ ਅਨਪੜ੍ਹ ਵਰਗੇ ਆ, ਜਵਾਕ ਹੋ ਗਿਆ ਜੀ ਹੁਣ 15-20 ਦਿਨ ਅਸੀਂ ਵਲੌਗ ਬਣਾਵਾਂਗੇ, ਬਸ ਮਾੜਾ ਮਾੜਾ ਜਵਾਕ ਵਿਖਾਵਾਂਗੇ, ਬਾਅਦ 'ਚੋਂ ਬੇਬੀ ਫੇਸ ਰਿਵੀਲ ਵਲੌਗ ਸਪੈਸ਼ਲ ਆਊਗਾ, ਕਿਉਂਕਿ ਉੱਥੋਂ ਜਾ ਕੇ ਫਿਰ ਧੱਕਾ ਜਿਹਾ ਵੱਜਣਾ ਚੈਨਲ ਨੂੰ। ਛੀ ਇਹੋ ਜਿਹੇ ਵਲੌਗਰਾਂ ਦੀ। ਇਹ ਤਾਂ ਚੱਲ ਗਏ, ਕੱਲੀ ਜਾਂਦੀ ਹੁੰਦੀ ਸੀ ਮੈਂ ਹਸਪੀਟਲ ਦਾ ਉਹਦਾ, ਬਹੁਤ ਕੁਝ ਕਰਾਂਗੇ ਆਪਾਂ, ਜਰੂਰ ਸ਼ੇਅਰ ਕਰਾਂਗੇ, ਹਲ ਬਸ਼ਰਮ ਜਿਹਾ ਕਰਾਂਗੇ ਸ਼ੇਅਰ, ਲੋਕ ਤਾਂ ਬਹੁਤ ਕੁਝ ਚਾਹੁੰਦੇ ਆ, ਸ਼ੇਅਰ ਕਰੀ ਜਾਏਗਾ ਸਾਰਾ ਕੁਝ। ਲੋਕ ਚਾਹੁੰਦੇ ਆ, ਇੱਕ ਤਾਂ ਪੰਪਾਂ ਜਾ ਕੇ ਜਿਹੜੇ ਪਾਗਲ ਹੁੰਦੇ ਨਾ, ਬਣਾ ਲਾ ਵਲੌਗ ਕੋਈ ਚੱਕਰ ਨਹੀਂ, ਉਹ ਕੋਈ ਚੱਕਰ ਨਹੀਂ, ਸਾਰੀ ਦੁਨੀਆ ਪਾਉਂਦੀ ਹੈ ਵਲੌਗ ਤਾਂ, ਬੋਲਦੇ ਰਹਿੰਦੇ ਬਣਾ ਤੂੰ ਵਲੌਗ ਕਾਕੇ ਦਾ, ਕਾਕਾ ਆਵੇਗਾ ਨਾ ਉਦੋਂ ਵਲੌਗ ਬਣਾਵਾਂਗੇ ਕਾਕੇ ਨਾਲ, 2-3 ਹੋ ਗਏ ਜਦੋਂ ਆਪਾਂ। ਬਾਏ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅਤੇ ਇੰਸਟਾ ਸਨੈਪਚੈਟ ਦੇ ਕੇ ਜਾ ਕੇ ਐਡ ਕਰ ਲਿਓ, ਬਾਕੀ ਕਮੈਂਟਾਂ 'ਚ ਦੱਸਣਾ ਤੁਸੀਂ ਸਾਰਿਆਂ ਨੇ ਕੀ ਕੀ ਸਾਸੀ ਕੀ ਕੀ ਝੂਠ ਸੀ, ਮੈਂ ਨਹੀਂ ਜੱਜ ਕਰਨਾ ਹੁਣ, ਸੱਚੀ ਪ੍ਰੈਗਨੈਂਟ ਨਹੀਂ। ਚਲੋ 4 ਮਹੀਨੇ 9 ਦਿਨ, 25 ਨਵੰਬਰ ਨੂੰ ਵਿਆਹ, 10 ਦਸੰਬਰ ਨੂੰ ਅਤੇ 17 ਦਸੰਬਰ ਦੀ ਫਲਾਈਟ, ਅਤੇ 11 ਦਸੰਬਰ ਨੂੰ ਪਤਾ ਲੱਗਿਆ, 10 ਨਵੰਬਰ ਦਾ ਕੀ ਲੈਣ ਦੇਣ ਆ ਗਿਆ ਵਿੱਚ। ਡਾਕਟਰ ਸਾਹਿਬ, ਇਟਸ ਅ ਬਿਗ ਪ੍ਰੋਬਲਮ ਔਰ ਨੋਟ? ਨੋਟ ਪ੍ਰੋਬਲਮ। ਚਲੋ ਬਾਏ, ਸਬਸਕ੍ਰਾਈਬ ਕਰਦੇ ਚੈਨਲ ਅਤੇ ਇੰਸਟਾ ਸਨੈਪਚੈਟ ਦੇ ਅੱਗੇ ਜਾ ਕੇ ਮੈਨੂੰ ਐਡ ਕਰ ਲਿਓ। ਓ ਮਾਈ ਗਾਡ, ਬਸ ਓ ਭਰਾਵਾ, ਤੇਰੇ ਤਾਂ ਵਲੌਗ ਹੀ ਨਹੀਂ ਸੂਤ ਆਉਣੇ, ਆਏ ਖਲਾਰਾ ਜਿਹਾ ਨਾ ਹੋਵੇ।